ਵਿੱਚ ਪਰਦੇਸਾਂ ਆਏ ਜਿਹੜੇ ਕਰਨ ਕਮਾਈਆਂ ਜੀ ਛਾਲਾ ਜੁਗ ਜੁਗ ਜੀਵਨ ਜੰਮਣ ਵਾਲੀਆਂ ਮਾਈਆਂ ਜੀ ਵਿੱਚ ਪਰਦੇਸਾਂ ਆਏ ਜਿਹੜੇ ਕਰਨ ਕਮਾਈਆਂ ਜੀ ਛਾਲਾ ਜੁਗ ਜੁਗ ਜੀਵਨ ਜੰਮਣ ਵਾਲੀਆਂ ਮਾਈਆਂ ਜੀ ਇੱਥੇ ਆ ਕੇ ਅਹੁਦੇ ਸਾਂਭੇ ਵੱਡੇ ਵੱਡੇ ਨੇ ਨਾਲ ਮਿਹਨਤਾਂ ਵਿੱਚ ਵਿਦੇਸ਼ਾਂ ਝੰਡੇ ਗੱਡੇ ਨੇ ਨਾਲ ਮਿਹਨਤਾਂ ਵਿੱਚ ਪਰਦੇਸਾਂ ਝੰਡੇ ਗੱਡੇ ਨੇ ਮਿਹਨਤਾਂ ਦੇ ਨਾਲ ਝੰਡੇ ਗੱਡਣ ਵਾਲੇ ਪੰਜਾਬੀਆਂ ਨੂੰ ਸੈਲਿਊਟ ਕਰਦਾ ਹੋਇਆ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਰੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਲਾਈਵ ਸ਼ੋਅ ਦੇ ਵਿੱਚ ਲਵਾਂਗੇ ਜੀ ਕਾਲਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਪਰ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਅਸੀਂ ਇੱਕ ਦੋ ਖਬਰਾਂ ਦੀ ਗੱਲ ਕਰੀ ਦੀ ਹੈ ਮੌਕਾ ਲੱਗੇ ਤਾਂ ਪਹਿਲੀ ਖਬਰ ਤਾਂ ਇਹ ਹੈ ਵੀ ਲੋਕ ਇਸ ਕਨਫਿਊਜ਼ਨ ਦੇ ਵਿੱਚ ਨੇ ਵੀ ਹਾਥੀ ਹੈ ਕਿਹਦੇ ਵੱਲ ਦਾ ਹਾਥੀ ਕਹਿੰਦੇ ਵੀ ਤੱਕੜੀ ਦੇ ਵਿੱਚ ਬੈਠਾ ਸੀ ਉਹ ਤਾਂ ਆਪਾਂ ਦੱਸਿਆ ਤੱਕੜੀ ਦਾ ਛਾਬਾ ਮੇਰੇ ਖਿਆਲ ਵੱਡੇ ਲਵਾ ਲਏ ਹੋਣੇ ਛਾਬੇ ਐਸੀ ਗੱਲ ਨਹੀਂ ਕੁਛ ਵੀ ਹੋ ਸਕਦਾ ਰਾਜਨੀਤੀ ਦੇ ਵਿੱਚ ਪਰ ਕਹਿੰਦੇ ਵੀ ਹਾਥੀ ਜਿਹੜਾ ਹੈਗਾ ਦਿੱਲੀ ਦੇ ਵਿੱਚ ਤਾਂ ਉਹ ਬੀਜੇਪੀ ਨਾਲ ਉੱਥੇ ਕਮਲ ਦਾ ਫੁੱਲ ਜਿਹੜਾ ਉਹ ਖਾ ਰਿਹਾ ਪੰਜਾਬ ਦੇ ਵਿੱਚ ਤੱਕੜੀ ਨਾਲ ਰਾਜਸਥਾਨ ਦੇ ਵਿੱਚ ਕਾਂਗਰਸ ਦੇ ਨਾਲ ਇਹ ਮਤਲਬ ਪਤਾ ਹੀ ਨਹੀਂ ਲੱਗਦਾ ਵੀ ਸਟੈਂਡ ਕੀ ਆ ਕਿਹੜੀ ਪਾਰਟੀ ਦੇ ਨਾਲ ਹੈਗੇ ਤੁਸੀਂ ਅਤੇ ਮੁੱਕਦੀ ਗੱਲ ਆ ਕੇ ਇਹੀ ਹੈ ਸੌ ਹੱਥ ਰੱਸਾ ਸਿਰ 'ਤੇ ਗੰਢ ਗੱਲ ਕਰੀ ਦੀ ਆ ਕਿ ਇਹ ਸਭ ਆਪਣੀ ਕੁਰਸੀ ਜਿਹੜੀ ਹੈ ਉਹਨੂੰ ਪਾਉਣ ਵਾਸਤੇ ਕੁਛ ਵੀ ਕੀਤਾ ਜਾ ਸਕਦਾ ਇਹ ਤਾਂ ਕੁਛ ਵੀ ਨਹੀਂ ਕਿਤੇ ਕਿਤੇ ਕੁਛ ਵੀ ਹੋ ਸਕਦਾ ਕੁਛ ਵੀ ਕਿਤੇ ਵੀ ਹੋ ਸਕਦਾ ਰਾਜਨੀਤੀ ਦੇ ਵਿੱਚ ਪਰ ਪੰਜਾਬ ਦੇ ਵਿੱਚ ਇੱਕ ਵਾਰ ਕਾਫੀ ਹਿਲਜੁਲ ਜੀ ਹੋਈ ਆ ਅਤੇ ਨਾਲ ਦੀ ਨਾਲ ਬੀਜੇਪੀ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ ਮੀਡੀਆ ਦੀ ਵੀ ਖਾਸ ਤੌਰ 'ਤੇ ਪੰਜਾਬੀ ਮੀਡੀਆ ਦੀ ਵੀ ਕੱਲ੍ਹ ਇੱਕ ਖਬਰ ਬੜੀ ਵੱਡੀ ਪੰਜਾਬੀ ਮੀਡੀਆ ਨੇ ਵੀ ਲਾਈ ਟਾਈਟਲ ਉਹਨਾਂ ਨੂੰ ਜਿਹੜਾ ਦਿੱਤਾ ਗਿਆ ਟਾਈਟਲ ਜਿਹੜਾ ਹਿੰਦੀ ਮੀਡੀਆ ਨੇ ਦਿੱਤਾ ਜਾਂ ਸਰਕਾਰ ਨੇ ਦਿੱਤਾ ਬੀਜੇਪੀ ਨੇ ਦਿੱਤਾ ਕਿਹੜਾ ਸੀ ਟਾਈਟਲ ਇਹ ਸੀ ਪੰਜਾਬ ਦੇ 6 ਮੋਹਤਬਾਰ ਬੰਦੇ ਬੀਜੇਪੀ ਵਿੱਚ ਦਾਖਲ ਅਤੇ ਨਾਲ ਦੀ ਨਾਲ ਸੋਸ਼ਲ ਮੀਡੀਆ 'ਤੇ ਗੱਲਾਂ ਸ਼ੁਰੂ ਹੋ ਗਈਆਂ ਜੀ ਲਓ ਜੀ ਬੀਜੇਪੀ ਦੀ ਹਵਾ ਚੱਲ ਪਈ ਹੈ ਅਤੇ ਬਹੁਤ ਛੇਤੀ ਪੰਜਾਬ ਦੇ ਵਿੱਚ ਬੀਜੇਪੀ ਦੀ ਹਨੇਰੀ ਝੁੱਲ ਜਾਏਗੀ ਅਤੇ ਉਹ ਕਹਿੰਦੇ ਹੁੰਦੇ ਵੀ ਜਿਵੇਂ ਖੋਦਿਆ ਪਹਾੜ 'ਤੇ ਨਿਕਲਿਆ ਚੂਹਾ ਅਤੇ ਜਦੋਂ ਮੋਹਤਬਾਰ ਬੰਦਿਆਂ ਦੀ ਗੱਲ ਕੀਤੀ 6 ਬੰਦੇ ਉਹਨਾਂ 'ਚ ਕਿਹੜੇ ਸੀ ਮੇਰਾ ਖਿਆਲ ਨਹੀਂ ਕੋਈ ਸਾਡੇ ਦਰਸ਼ਕ ਉਹਨਾਂ ਨੂੰ ਕਿਸ ਤਰ੍ਹਾਂ ਜਾਣਦੇ ਹੋਣਗੇ ਜਾਂ ਉਹਨਾਂ ਦਾ ਕੋਈ ਆਧਾਰ ਵੀ ਹੋਏਗਾ ਪੰਜਾਬ ਦੇ ਵਿੱਚ ਜਾਂ ਉਹਨਾਂ ਦੀਆਂ ਕੋਈ ਵੋਟਾਂ 2-4 ਹੋਣਗੀਆਂ 500-400 ਹੋਣਗੀਆਂ ਵੱਖਰੀ ਗੱਲ ਹੈ ਪਰ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਉਣ ਵਾਸਤੇ ਇੱਕ ਇਹ ਵਧੀਆ ਤਰੀਕਾ ਬੀਜੇਪੀ ਨੇ ਲੱਭਿਆ ਉਹ 'ਚ ਕੋਈ ਸ਼ੱਕ ਨਹੀਂ ਅਸੀਂ ਗੱਲ ਵੀ ਕਰ ਰਹੇ ਸੀਗੇ ਵੀ ਉਹ ਇਲੈਕਸ਼ਨਾਂ ਤੱਕ ਇਹੋ ਜਿਹਾ ਖਿਲਾਰਾ ਪੰਜਾਬ ਦੇ ਵਿੱਚ ਪਾਏਗੀ ਜਿਹਦਾ ਨੁਕਸਾਨ ਪੰਜਾਬ ਨੂੰ ਹੋਣਾ ਜਿਹਦੇ ਵਾਸਤੇ ਉਹ ਲੱਗੀ ਹੋਈ ਆ ਬਾਕੀ ਕਿਹੜੇ ਬੰਦੇ ਸੀ ਕਿਹੜੇ ਨਹੀਂ ਉਹ ਆਪਾਂ ਨੂੰ ਪਤਾ ਹੀ ਆ ਸੁਖਬੀਰ ਬਾਦਲ ਸਾਹਿਬ ਨੇ ਅੱਜ ਕਹਿੰਦੇ ਫੇਰ ਬਿਆਨ ਦਿੱਤਾ ਕਿ ਸਾਡੀ ਸਰਕਾਰ ਆਉਣ 'ਤੇ ਜਿਹੜੇ ਬੇਰੁਜ਼ਗਾਰ ਅਧਿਆਪਕ ਆ ਜਿਹਨਾਂ ਦੇ ਹੁਣ ਡਾਂਗਾਂ ਪੈ ਰਹੀਆਂ ਨੇ ਕੈਪਟਨ ਦੇ ਉੱਥੇ ਮਹਿਲ ਦੇ ਅੱਗੇ ਕੁੜੀਆਂ ਨੂੰ ਪਤਾ ਨਹੀਂ ਬਹੁਤ ਖੱਜਲ ਖੁਆਰ ਕੀਤਾ ਜਾ ਰਿਹਾ ਵੀ ਇਹਨਾਂ ਸਾਰਿਆਂ ਨੂੰ ਅਸੀਂ ਸਾਡੀ ਸਰਕਾਰ ਆਉਣ 'ਤੇ ਅਸੀਂ ਨੌਕਰੀ ਦੇਵਾਂਗੇ ਕੋਈ ਸਿਆਣਾ ਬੰਦਾ ਜਾ ਕੇ ਪੁੱਛੇ ਵੀ ਭਾਈ 10 ਸਾਲ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਵੀ ਤਾਂ ਇਹੀ ਹਾਲ ਸੀ ਉਦੋਂ ਵੀ ਬੇਰੁਜ਼ਗਾਰ ਅਧਿਆਪਕ ETT ਵਾਲੇ ਸਾਰੇ ਉਦੋਂ ਵੀ ਧਰਨੇ ਦਿੰਦੇ ਸੀ ਉਦੋਂ ਵੀ ਟੈਂਕੀਆਂ 'ਤੇ ਚੜ੍ਹਦੇ ਸੀ ਹੁਣ ਵੀ ਚੜ੍ਹਦੇ ਸੀਗੇ ਵੀ ਤੁਸੀਂ ਉਦੋਂ ਨੌਕਰੀਆਂ ਨਹੀਂ ਦਿੱਤੀਆਂ ਜਿਹੜੀਆਂ ਹੁਣ ਦਿਓਗੇ ਇਹ ਚੀਜ਼ ਅਸੀਂ ਅਕਸਰ ਡਿਸਕਸ ਕਰੀ ਦੀ ਹੈ ਵੀ ਜਿਹੜੇ ਸਾਰੇ ਸਮੱਸਿਆਵਾਂ ਦੇ ਹੱਲ ਹੈ ਉਹ ਹਾਰਨ ਤੋਂ ਬਾਅਦ ਵਿਰੋਧੀ ਧਿਰ ਕੋਲ ਚਲ ਜਾਂਦੇ ਆ ਅਤੇ ਜਦੋਂ ਉਹ ਜਿੱਤ ਜਾਂਦੀ ਹੈ ਉਹਦੇ ਕੋਲ ਫਿਰ ਦੂਜੀ ਵਿਰੋਧੀ ਕੋਲ ਧਿਰ ਕੋਲ ਚਲ ਜਾਂਦੇ ਆ ਤਾਂ ਐਂ ਹੀ ਕੰਮ ਚੱਲੀ ਜਾਂਦਾ ਪਰ ਸਮਝ ਨਹੀਂ ਆਉਂਦੀ ਬਣੂ ਕੀ ਪੰਜਾਬ ਦਾ ਪੰਜਾਬ ਬਾਰੇ ਕੌਣ ਸੋਚੂਗਾ ਇੱਕ ਹੋਰ ਛੋਟੀ ਜਿਹੀ ਗੱਲ ਜਿਹੜੀ ਬੜੀ ਵਧੀਆ ਲੱਗੀ ਮੇਰੇ ਖਿਆਲ ਸਾਡੇ ਸੈਲੀਬ੍ਰਿਟੀ ਵੀ ਇਹੋ ਜਿਹੀ ਗੱਲ ਕਰਨੀ ਚਾਹੀਦੀ ਪਰ ਸਾਡੇ ਜਿਹੜੇ ਸੈਲੀਬ੍ਰਿਟੀ ਹੈਗੇ ਨੇ ਉਹ ਸਰਕਾਰ ਦੀ ਗੱਲ ਕਰਦੇ ਨੇ ਜੋ ਸਰਕਾਰ ਦੇ ਮੂੰਹ ਸਰਕਾਰ ਉਹਨਾਂ ਦੇ ਮੂੰਹ 'ਚ ਲਫ਼ਜ਼ ਬੰਨਦੀ ਉਹੀ ਲਫ਼ਜ਼ ਬਾਹਰ ਕੱਢਦੇ ਨੇ ਆਪਦੇ ਦਿਲ ਦੀ ਗੱਲ ਨਹੀਂ ਕਰਦੇ ਉਹਦੇ ਪਿੱਛੇ ਕੀ ਰਾਜ ਆ ਡਰਦੇ ਨੇ ਕੋਈ ਸ਼ੱਕ ਹੀ ਨਹੀਂ ਹੈ ਅਰਨਾਲਡੋ ਬਹੁਤ ਜ਼ਬਰਦਸਤ ਖਿਡਾਰੀ ਹੈ ਫੁੱਟਬਾਲ ਦਾ 5ਵੀਂ ਵੇਰ ਉਹ ਖੇਡ ਰਿਹਾ ਯੂਰੋ ਕੱਪ ਬਹੁਤ ਵੱਡਾ ਖਿਡਾਰੀ ਤਾਂ ਉਹਨੇ ਹੁਣ ਕੱਲ੍ਹ 2 ਬੋਤਲਾਂ ਕੋਕੋ ਜਿੱਥੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਜਿੱਤਣ ਤੋਂ ਬਾਅਦ ਹੰਗਰੀ ਨੂੰ ਹਰਾਇਆ ਉਹਨਾਂ ਨੇ 3 ਗੋਲ ਕੀਤੇ ਇਹਨਾਂ ਨੇ ਅਤੇ 2 ਜਿਹਦੇ 'ਚੋਂ ਰੋਨਾਲਡੋ ਨੇ ਕੀਤੇ ਸੀ ਬਹੁਤ ਮਸ਼ਹੂਰ ਆ ਸਾਰੇ ਬੱਚਾ ਜਾਣਦਾ ਤਕਰੀਬਨ ਉਹਨੇ ਕੋਕ ਦੀਆਂ ਬੋਤਲਾਂ ਪਈਆਂ ਸੀ ਮੂਹਰੇ ਉਹ ਪਾਸੇ ਕਰਕੇ ਅਤੇ ਪਾਣੀ ਲਿਆ ਵੀ ਪਾਣੀ ਪੀਣਾ ਚਾਹੀਦਾ ਕੋਲਡ ਡਰਿੰਕ ਨਹੀਂ ਪੀਣੀ ਚਾਹੀਦੀ ਉਹ ਤਾਂ ਜਿਹੜੀ ਮੈਂ ਚੀਜ਼ ਵਰਤਦਾ ਹੀ ਨਹੀਂ ਮੇਰੀ ਉਹ ਮੈਂ ਮੂਹਰੇ ਕਿਉਂ ਰੱਖਾਂ ਅਤੇ ਇਹਦੇ ਨਾਲ 4 ਅਰਬ ਡਾਲਰ ਜਾਣੀ ਕਿ 29,000 ਕਰੋੜ ਦਾ ਘਾਟਾ ਕਹਿੰਦੇ ਕੋਕ ਨੂੰ ਪਿਆ ਦੇਖੋ ਜੀ ਜੇ ਇੰਨੇ ਦੇ ਵਿੱਚ
ਦੋ ਬੋਤਲ ਜੇ ਉੱਦਾਂ ਗੱਲ ਕਰੀਏ ਤਾਂ ਵੱਧ ਤੋਂ ਵੱਧ ਕਿੰਨੇ ਦੀ ਹੋਊ? ਪੰਜਾਬ ਦੇ ਹੁਣ 20 ਰੁਪਏ ਦੀ ਹੋਊਗੀ, ਠੀਕ ਹੈ, ਇੱਧਰ ਡਾਲਰ 2 ਡਾਲਰ ਦੀ ਹੋਊਗੀ। ਅਤੇ ਜੇ ਦੋ ਬੋਤਲਾਂ ਦੀ ਗੱਲ ਕਰੀਏ ਤਾਂ ਕੀਮਤ ਉਹਨਾਂ ਦੀ ਸਾਰੀ ਇਹ 40 ਰੁਪਈਏ 50 ਰੁਪਈਏ ਆ, ਅਤੇ ਪਰ ਏਡਾ ਵੱਡਾ ਨੁਕਸਾਨ ਕਰ ਸਕਦੀਆਂ। ਅਤੇ ਇਹ ਤੋਂ ਅਸੀਂ ਹਿਸਾਬ ਲਾ ਸਕਦੇ ਹਾਂ ਵੀ ਜੇ ਉੱਥੋਂ ਚੱਕਣ ਦੇ ਨਾਲ 29,000 ਕਰੋੜ ਰੁਪਈਏ ਦਾ ਨੁਕਸਾਨ ਹੋ ਸਕਦਾ, 4 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ, ਤਾਂ ਉੱਥੇ ਰੱਖਣ ਦੇ ਕਿੰਨੇ ਪੈਸੇ ਲਏ ਹੋਣਗੇ ਕੰਪਨੀਆਂ ਨੇ। ਸੋ ਇਹ ਬੜੀਆਂ ਅਜੀਬ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਸਾਡੇ ਦੁਨੀਆ ਦੇ ਵਿੱਚ ਦੇਖਣ ਨੂੰ ਮਿਲਦੀਆਂ। ਪਰ ਮੈਂ ਸਾਡੇ ਬਹੁਤ ਸਾਰੇ ਲੋਕਾਂ ਨੇ ਪੋਸਟ ਵੀ ਪਾਈ ਹੈ, ਸਲਿਊਟ ਵੀ ਕੀਤਾ। ਅਤੇ ਉਸ ਤੋਂ ਬਾਅਦ ਇੱਕ ਹੋਰ ਖਿਡਾਰੀ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨੇ ਬੀਅਰ ਦੀ ਬੋਤਲ ਲੱਗੇ ਪਈ ਸੀ ਤਾਂ ਉਹਨੇ ਕਿਹਾ ਵੀ ਇਹ ਪਹਿਲਾਂ ਚੱਕੋ ਤਾਂ ਮੈਂ ਫਿਰ ਪ੍ਰੈਸ ਕਾਨਫਰੰਸ ਕਰੂੰਗਾ। ਸੋ ਇਹ ਰੁਝਾਨ ਸਾਨੂੰ ਹੀ ਸ਼ੁਰੂ ਕਰਨਾ ਪੈਣਾ, ਖਾਸ ਤੌਰ 'ਤੇ ਜਿਨ੍ਹਾਂ ਨੂੰ ਲੋਕ ਮੰਨਦੇ ਨੇ, ਜਿਨ੍ਹਾਂ ਦੀ ਮੰਨਦੇ ਨੇ, ਜਿਨ੍ਹਾਂ ਨੂੰ ਫੋਲੋ ਕਰਦੇ ਨੇ, ਜਿਨ੍ਹਾਂ ਦੇ ਫੈਸ਼ਨ ਨੂੰ ਫੋਲੋ ਕਰਦੇ ਨੇ, ਉਹ ਚੀਜ਼ਾਂ ਸ਼ੁਰੂ ਕਰਨਗੇ ਤਾਂ ਭਾਰਤ ਦੇ ਵਿੱਚ ਵੀ ਬਦਲਾਅ ਕੋਈ ਵੱਡੀ ਗੱਲ ਨਹੀਂ ਅਤੇ ਕੋਈ ਦੂਰ ਨਹੀਂ ਹੈਗਾ, ਅਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਹਾਂਜੀ, ਹੁਣ ਚੱਲਦੇ ਹਾਂ ਵਿਸ਼ੇ ਵਾਲੇ ਪਾਸੇ। ਅਸੀਂ ਅਕਸਰ ਜਦੋਂ ਕੋਈ ਵੀ ਬੰਦਾ ਅਰਦਾਸ ਕਰਦੇ ਹਾਂ ਜਾਂ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਪਰਮਾਤਮਾ ਅੱਗੇ, ਅੱਲਾ ਅੱਗੇ, ਵਾਹਿਗੁਰੂ ਅੱਗੇ, ਰਾਮ ਅੱਗੇ ਮੱਥਾ ਟੇਕਦੇ ਹਾਂ, ਅਤੇ ਨਾਲ ਇੱਕ ਸ਼ਬਦ ਹੁੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕਹਿੰਦੇ ਵੀ ਸਾਡੇ ਗੁਰੂ ਸਾਹਿਬ ਕਹਿੰਦੇ ਸਾਡੇ 5 ਐਬ ਨੇ ਸਰੀਰ ਦੇ ਵਿੱਚ, ਜਿਨ੍ਹਾਂ ਤੋਂ ਅਗਰ ਬੰਦਾ ਬਚ ਜਾਵੇ ਤਾਂ ਜੀਵਨ ਸੁਖੀ ਹੋ ਜਾਂਦਾ, ਮਨ ਜਿੱਤੇ ਜਗ ਜੀਤ। ਕਹਿੰਦੇ ਅਸੀਂ ਸਾਰੇ ਹੀ ਆ, ਅਰਦਾਸ ਵੀ ਕਰਦੇ ਹਾਂ ਪਰ ਅਮਲ ਕੋਈ ਨਹੀਂ ਕਰਦਾ। ਇਹਨਾਂ ਦੇ ਵਿੱਚ ਪੰਜਾਂ ਦੇ ਵਿੱਚ ਅੰਜਾਨ ਸਾਹਿਬ ਨੇ ਗੱਲ ਮੈਨੂੰ ਦੱਸੀ ਸੀ, ਬੜੀ ਦੇਰ ਹੋ ਗਈ, ਵਾਹਵਾ ਦੇਰ ਹੋ ਗਈ। ਅੱਜ ਮੈਂ ਪਹਿਲਾਂ ਵੀ ਵਿਸ਼ਾ ਇੱਥੇ ਕੀਤਾ ਹੋਏਗਾ ਪਰ ਵਿਸ਼ਾ ਕਰਨ 'ਚ ਕੋਈ ਚੇਂਜ ਮੈਂ ਦੁਬਾਰਾ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ। ਸਰਦਾਰ ਰਾਜਨ ਸਿੰਘ ਅੰਜਾਨ ਸਾਹਿਬ ਕਹਿੰਦੇ ਸੀ ਵੀ ਇਹ 5 ਚੀਜ਼ਾਂ ਨੇ, ਭੈੜੀਆਂ ਆਦਤਾਂ ਨੇ, 5 ਬਿਮਾਰੀਆਂ ਨੇ ਸਾਡੇ ਸਰੀਰ ਦੇ ਵਿੱਚ, ਪਰ ਇਹਨਾਂ 'ਚੋਂ ਇੱਕ ਚੀਜ਼ ਜਿਹੜੀ ਹੈਗੀ ਆ ਉਹ ਸਿਆਣੀ ਵੀ ਹੈ। ਅਤੇ ਮੈਨੂੰ ਉਹਨਾਂ ਨੇ ਪੁੱਛਿਆ ਸੀ ਵੀ ਕਿਹੜੀ ਹੈ, ਦੱਸ ਸਿਆਣੀ। ਕਾਮ ਕ੍ਰੋਧ ਲੋਭ ਮੋਹ ਹੰਕਾਰ। ਅਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਜੀ ਮੈਨੂੰ ਹੁਣ ਨਹੀਂ, ਚਲੋ ਜੀ ਇੰਨੇ ਸੂਝਵਾਨ ਜਿੰਨੀ ਸੂਝ ਹੈਗੀ ਉਸ ਹਿਸਾਬ ਨਾਲ ਮੈਂ ਦੱਸਿਆ, ਉਸ ਹਿਸਾਬ ਨਾਲ ਗੱਲ ਕੀਤੀ। ਪਰ ਉਹਨਾਂ ਨੇ ਫਿਰ ਜਿਹੜੀ ਗੱਲ ਦਾ ਚਾਣਨਾ ਪਾਇਆ ਉਹ ਇਹ ਸੀ ਵੀ 5 ਦੇ ਵਿੱਚੋਂ ਗੁੱਸਾ, ਕ੍ਰੋਧ ਸਭ ਤੋਂ ਸਿਆਣਾ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੇ ਬਾਕੀ ਕੁਛ ਨਹੀਂ, ਬਾਕੀ ਜਦੋਂ ਦਿਮਾਗ 'ਚ ਆਉਂਦਾ ਬੰਦਾ ਉਹ ਪੁੱਠੇ ਸਿੱਧੇ ਕੰਮ ਕਰਦਾ, ਪਰ ਕ੍ਰੋਧ ਜਿਹੜਾ ਜਦੋਂ ਗੁੱਸਾ ਆਉਂਦਾ, ਗੁੱਸਾ ਇੰਨਾ ਕੁ ਸਿਆਣਾ ਜੇ ਮੂਹਰੇ ਬੰਦਾ ਤਕੜਾ ਹੋਵੇ ਤਾਂ ਫਿਰ ਪਿੱਛੇ ਵੀ ਹਟ ਜਾਂਦਾ, ਢੈਲਾ ਵੀ ਹੋ ਜਾਂਦਾ, ਫਿਰ ਮਾੜੇ 'ਤੇ ਗੁੱਸਾ ਨਿਕਲਦਾ। ਸੋ ਅੱਜ ਗੁੱਸੇ ਦੀ ਗੱਲ ਕਰਾਂਗੇ ਫਿਰ ਇੱਕ ਵਾਰ ਦੁਬਾਰਾ। ਗੁੱਸਾ ਅੱਜ ਕੱਲ੍ਹ ਜ਼ਿਆਦਾ ਵਧਿਆ, ਪਹਿਲੇ ਸਮਿਆਂ ਦੇ ਵਿੱਚ ਕਹਿੰਦੇ ਗੁੱਸਾ ਘੱਟ ਹੁੰਦਾ ਸੀ, ਗੁੱਸਾ ਹਰ ਬੰਦਾ ਕੱਢਦਾ ਆਪਣੇ ਤੋਂ ਮਾੜੇ 'ਤੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਤਲੇ ਤਕੜੇ 'ਤੇ ਗੁੱਸੇ 'ਤੇ ਗੁੱਸਾ ਚੱਲਦਾ ਨਹੀਂ, ਮਾੜੇ 'ਤੇ ਚੱਲਦਾ। ਤਕੜੇ ਬੰਦੇ ਨੂੰ ਤਾਂ ਬੰਦਾ ਹੁਣ ਪਿੰਡ ਦੇ ਵਿੱਚ ਸਾਹਮਣੇ ਤਕੜਾ ਕੋਈ ਬੰਦਾ ਰਹਿੰਦਾ ਤਾਂ ਪਿੰਡ ਦੇ ਵਿੱਚ ਮੂੰਹ 'ਚ ਹੀ ਕਹਿ ਕੂ ਸਕਦਾ ਉਹਨੂੰ, ਬੜਾ ਵੱਡਾ ਬਣਿਆ ਫਿਰਦਾ, ਬਸ ਸਾਹਮਣੇ ਕੁਛ ਨਹੀਂ ਕਹਿ ਸਕਦਾ। ਕੋਈ ਭਲਵਾਨ ਰਹਿੰਦਾ ਸੀ ਕਿਸੇ ਘਰ ਦੇ ਸਾਹਮਣੇ, ਤਾਂ ਉਹ ਗੱਡੀ ਖੜਾ ਨਹੀਂ ਦੂਜੇ ਘਰ ਦੇ ਸਾਹਮਣੇ, ਤਾਂ ਉਹ ਬੜਾ ਔਖਾ ਸੀ। ਵੈਸੇ ਤਾਂ ਗੱਡੀ ਦੀ ਆਪਾਂ ਨੂੰ ਪ੍ਰੋਬਲਮ ਨਹੀਂ ਹੁੰਦੀ, ਵੈਸੇ ਮਨ 'ਚ ਹੁੰਦਾ ਵੀ ਯਾਰ ਇਹਨੇ ਇੱਥੇ ਕਿਉਂ ਖੜਾਈ ਆ, ਹਾਲਾਂਕਿ ਉਸ ਖਾਲੀ ਜਗ੍ਹਾ 'ਤੇ ਖੜਾਉਂਦਾ ਜਿੱਥੇ ਖੜਾਉਣੀ ਹੁੰਦੀ, ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਵੀ ਇੱਥੇ ਗੱਡੀ ਕਿਉਂ ਖੜਾਈ ਆ। ਭਲਵਾਨ ਸੀਗਾ, ਉਹਦੀ ਗੱਡੀ ਖੜਾ ਕੇ ਚੱਲ ਗਿਆ ਤਾਂ ਬੰਦੇ ਨੂੰ ਗੁੱਸਾ ਬੜਾ ਆਇਆ ਵੀ ਇੱਥੇ ਖੜਾ ਕੇ ਚੱਲ ਗਿਆ, ਅੱਜ ਮੈਂ ਇਹਦਾ ਟਾਇਰ ਪਾੜ ਦੇਣਾ, ਦੇਖੀ ਜਾਓ। ਸੂਆ ਲੈ ਕੇ ਹਜੇ ਟਾਇਰ ਦੇ ਮਾਰ ਨਹੀਂ ਲੱਗਾ ਸੀਗਾ, ਅਤੇ ਜਦ ਨੂੰ ਭਲਵਾਨ ਇੱਧਰੋਂ ਨਿਕਲਿਆ ਤਾਂ ਮੁੜ ਕੇ ਟਾਇਰ ਦੇ ਉੱਪਰ ਸੂਆ ਪੁੱਠਾ ਕਰਕੇ ਮਾਰ ਕੇ ਕਹਿੰਦਾ ਟਾਇਰ ਬੜੇ ਵਧੀਆ ਭਲਵਾਨ ਜੀ, ਇਹ ਕਿੱਥੋਂ ਪਵਾਏ ਆ? ਅਤੇ ਨਾਲ ਦੀ ਨਾਲ ਜਿਹੜਾ ਗੁੱਸਾ ਸੀ ਉਹ ਠੰਡਾ ਹੋ ਗਿਆ। ਔਰ ਬਿਨਾਂ ਵਜ੍ਹਾ ਹੀ ਅਸੀਂ ਕਰਦੇ, ਸਾਡੇ ਇੱਕ ਚੰਡੀਗੜ੍ਹ ਦੀ ਗੱਲ ਹੈ, ਗੁਰਦਾਸ ਮਾਨ ਸਾਹਿਬ ਕਿੱਡੇ ਵੱਡੇ ਸੈਲੀਬ੍ਰਿਟੀ ਨੇ, ਲੋਕ ਉਹਨਾਂ ਨੂੰ ਫੋਟੋਆਂ ਖਿਚਾਉਣ ਨੂੰ ਤਰਸਦੇ, ਮਿਲਣ ਨੂੰ ਤਰਸਦੇ ਨੇ, ਪਰ ਉਹ ਜਿਹੜੇ ਜਿੱਥੇ ਰਹਿੰਦੇ ਨੇ 33 ਸੈਕਟਰ ਦੇ ਵਿੱਚ, ਉਹਨਾਂ ਦੇ ਗਵਾਂਢ ਦੇ ਵਿੱਚ ਇੱਕ ਐਸਾ ਬੰਦਾ ਸੀ, ਐਸਾ ਬੰਦਾ ਸੀ ਉਹਨੂੰ ਕੋਈ ਮਤਲਬ ਨਹੀਂ ਹੈ ਗੁਰਦਾਸ ਮਾਨ ਕੌਣ ਹੈ ਕੌਣ ਨਹੀਂ ਹੈ। ਉਹ ਜਦੋਂ ਗੁਰਦਾਸ ਮਾਨ ਹੁਣੀ ਆਪਣੇ ਵਿਹੜੇ ਦੇ ਵਿੱਚੋਂ ਗੱਡੀ ਬਾਹਰ ਕੱਢ ਕੇ ਬੈਕ ਕਰਨ ਲੱਗਦੇ ਸੀ ਤਾਂ ਉਹਨਾਂ ਦੇ ਡਰਾਈਵੇ ਦੇ ਉੱਤੋਂ ਬੈਕ ਹੁੰਦੀ ਸੀ। ਉਹਨੂੰ ਪਤਾ ਨਹੀਂ ਕਾਹਦਾ ਗੁੱਸਾ, ਕਾਹਦੀ ਜੈਲਸੀ ਹੋਈ, ਉਹਨੇ ਡਰਾਈਵੇ 'ਤੇ ਉੱਥੇ ਇੱਟਾਂ ਲਵਾਤੀਆਂ ਤਾਂ ਕਿ ਉਹਨਾਂ ਦੀ ਗੱਡੀ ਸਿੱਧੀ ਪਹਿਲਾਂ ਬੈਕ ਲੈ ਕੇ ਜਾਣ, ਮੇਰੇ ਡਰਾਈਵੇ 'ਤੇ ਉਹਦੀ ਗੱਡੀ ਨਾ ਚੜ੍ਹੇ। ਇਹੋ ਜਿਹੇ ਲੋਕ ਵੀ ਹੈਗੇ। ਸੋ ਗੁੱਸਾ ਜਦੋਂ ਆਉਂਦਾ ਸਾਨੂੰ ਅਸੀਂ ਆਪਣੇ ਤੋਂ ਮਾੜੇ 'ਤੇ ਕੱਢਦੇ ਹਮੇਸ਼ਾ, ਇਹ ਸਾਨੂੰ ਪਤਾ ਹੀ ਆ। ਜੇ ਕਿਤੇ ਮੁੱਖ ਮੰਤਰੀ ਨੇ ਕਿਸੇ MLA 'ਤੇ ਗੁੱਸਾ ਕੱਢਣਾ, ਤਾਂ MLA ਨੇ ਗਾਂਹ ਫਿਰ ਉਹੀ ਝਾੜ ਜਿਹੜੀ SSP ਨੂੰ ਪਾ ਦੇਣੀ ਹੈ, SSP ਨੇ ਉਹੀ ਗੁੱਸਾ ਫਿਰ ਆਪਦੇ SP 'ਤੇ ਕੱਢਣਾ, SP ਨੇ ਫਿਰ ਸਿੱਧਾ ਉਹੀ ਗੁੱਸਾ ASI 'ਤੇ ਕੱਢਣਾ,
ASI ਨੇ ਉਹੀ ਗੁੱਸਾ ਹੌਲਦਾਰ ਤੇ ਕੱਢਣਾ, ਹੌਲਦਾਰ ਨੇ ਉਹੀ ਗੁੱਸਾ ਫਿਰ ਹੋਮਗਾਰਡ ਵਾਲੇ ਤੇ ਕੱਢਣਾ, ਤੇ ਹੋਮਗਾਰਡ ਵਾਲੇ ਦਾ ਵਿਚਾਰੇ ਦਾ ਕਿਤੇ ਬਸ ਚੱਲਦਾ ਨਹੀਂ, ਹੁਣ ਮੈਂ ਕੀ ਕਰਾਂ। ਉਹ ਫਿਰ ਆਪਣਾ ਉਹੀ ਗੁੱਸਾ ਛੱਲੀਆਂ ਵਾਲੀ ਰੇਹੜੀ ਤੇ ਜਿਹੜਾ ਬੰਦਾ ਹੁੰਦਾ ਉਹਦੇ ਡੰਡੇ ਮਾਰ ਮਾਰ ਕੇ ਰੇਹੜੀ ਤੇ, ਤੇ ਉਹਦੇ 'ਚ ਫਿਰ ਆਪਣਾ ਗੁੱਸਾ ਕਰਦਾ। ਉਹ ਤੈਨੂੰ ਕਿੰਨੀ ਵਾਰੀ ਕਿਹਾ ਇੱਥੇ ਰੇਹੜੀ ਨਹੀਂ ਲਾਉਣੀ, ਚੱਲ ਭੱਜ ਇੱਥੋਂ। ਉਹ ਕਹਿੰਦਾ ਜੀ ਸਾਹਿਬ ਜੀ ਰੇਹੜੀ ਕਿਉਂ ਲਾਉਣੀ, ਕੱਲ੍ਹ ਤਾਂ ਤੁਹਾਨੂੰ ਅਸੀਂ ਪੈਸੇ ਦੇ। ਅੱਛਾ ਅੱਛਾ ਲਾਈ ਰੱਖ ਮਾੜੀ ਜੀ, ਆਸੇ ਪਾਸੇ ਇੱਧਰ ਨੂੰ ਕਰ ਲਾ ਮਾੜੀ ਜੀ। ਮਤਲਬ ਕਹਿਣ ਦਾ ਘਰੇ ਵੀ ਅਸੀਂ ਗੱਲ ਕਰੀਏ, ਘਰੇ ਵੀ ਹੁਣ ਜੇ ਘਰ ਵਾਲੀ ਅੜਬ ਹੈ ਤਾਂ ਗੁੱਸਾ ਬੰਦੇ ਦਾ ਠੰਡਾ ਹੋ ਜਾਂਦਾ, ਬਾਹਰੋਂ ਬਾਹਰੀ ਜਿੰਨਾ ਮਰਜ਼ੀ ਗੁੱਸਾ ਆਇਆ ਹੋਵੇ। ਸੋ ਅੱਜ ਗੁੱਸੇ ਦੀ ਗੱਲ ਕਰਨੀ ਹੈ ਵੀ ਗੁੱਸਾ ਜਿਹੜਾ ਹੈਗਾ ਅੱਜ ਕੱਲ੍ਹ ਕਿਉਂ ਲੋਕਾਂ ਦੇ ਵਿੱਚ ਵੱਧ ਗਿਆ। ਅਸੀਂ ਗੁੱਸਾ ਵੀ ਕਹਿ ਸਕਦੇ ਹਾਂ, ਖਿਝ ਵੀ ਕਹਿ ਸਕਦੇ ਹਾਂ, ਫਰਸਟ੍ਰੇਸ਼ਨ ਵੀ ਕਰ ਸਕਦੇ ਹਾਂ। ਆਮ ਤੌਰ 'ਤੇ ਇਹ ਕਿਉਂ ਹੈ ਕਿ ਗੁੱਸਾ ਜਿਹੜਾ ਉਹ ਹਮੇਸ਼ਾ ਮਾੜੇ 'ਤੇ ਕੱਢਿਆ ਜਾਂਦਾ, ਤਕੜੇ ਅੱਗੇ ਗੁੱਸਾ ਜਿਹੜਾ ਉਹ ਠੰਡਾ ਹੋ ਜਾਂਦਾ, ਗੁੱਸਾ ਸਿਆਣਪ ਵਰਤ ਜਾਂਦਾ। ਨਾ ਭਾਈ ਨਾ, ਹੁਣ ਕਈ ਬੰਦੇ ਜਦੋਂ ਕਿ ਦੇਖਦੇ ਆ ਪਹਿਲਾਂ ਤਾਂ ਵਾਹਵਾ ਰੌਲਾ ਵਾਲਾ ਪਾਉਂਦੇ ਆ, ਪਰ ਜਦੋਂ ਦੇਖਦੇ ਵੀ ਅਗਰੋ, ਇੱਥੇ ਆਪਾਂ ਨੂੰ ਵੀ ਦੇਖ ਲਈਏ ਗੱਲ, ਸੋਸ਼ਲ ਮੀਡੀਆ ਦੀ ਗੱਲ ਦੇਖ ਲਈਏ, ਕਈ ਬੰਦੇ ਸੋਸ਼ਲ ਮੀਡੀਆ 'ਤੇ ਇਹੋ ਜਿਹਾ ਕੁਛ ਪਾ ਦੇਣਗੇ ਕਿਸੇ ਬਾਰੇ, ਅਤੇ ਫਿਰ ਜਦੋਂ ਅਗਲਾ ਮਰ ਜਾ ਕੇ ਉਹ ਤੱਤਾ ਭਾਰਾ ਹੁੰਦਾ ਅਤੇ ਫਿਰ ਨਾਲ ਦੀ ਨਾਲ ਮਾਫ਼ੀ ਮੰਗ ਲੈਂਦੇ ਨੇ ਜੀ, ਉਹ ਤਾਂ ਮੇਰਾ ਭਰਾ ਆ, ਉਹ ਤਾਂ ਮੇਰਾ ਐਂ ਆ। ਅਤੇ ਜੇ ਬੰਦਾ ਚੁੱਪ ਰਿਹਾ ਤਾਂ ਉਹਦੇ ਦੁਆਰੇ ਉਹ ਲਿਖੀ ਜਾਓ, ਲਿਖੀ ਜਾਓ, ਲਿਖੀ ਜਾਓ। ਇਹ ਹਾਲ ਹੈਗਾ ਗੁੱਸੇ ਦਾ। ਸੋ ਗੁੱਸੇ ਬਾਰੇ ਅੱਜ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਗੁੱਸਾ ਕੀ ਚੀਜ਼ ਹੈਗੀ ਆ, ਕਿਉਂ ਸਾਡੇ ਮਨਾਂ ਦੇ ਵਿੱਚ ਇੰਨਾ ਗੁੱਸਾ ਭਰਿਆ ਹੋਇਆ ਅੱਜ ਕੱਲ੍ਹ, ਕੀ ਇਹ ਗੁੱਸਾ ਪਹਿਲੇ ਸਮਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਸੀਗਾ। ਆਪਾਂ ਖਾਸ ਤੌਰ 'ਤੇ ਪੰਜਾਬੀਆਂ ਦੀ ਗੱਲ ਕਰੀਦੀ ਹੈ, ਪੰਜਾਬੀਆਂ ਦੀ ਆਪਣੀ ਕਮਿਊਨਿਟੀ ਦੀ ਗੱਲ ਕਰੀਦੀ ਹੈ, ਜੇ ਕੋਈ ਅਵੇਅਰਨੈਸ ਦੀ ਗੱਲ ਹੁੰਦੀ ਤਾਂ ਉਹ ਵੀ ਅਸੀਂ ਆਪਣੀ ਕਮਿਊਨਿਟੀ ਬਾਰੇ ਅਵੇਅਰ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਸੋ ਇਹ ਅੱਜ ਦਾ ਮੇਰਾ ਵਿਸ਼ਾ, ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹੈ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਗੁੱਸੇ ਨੂੰ ਲੈ ਕੇ। ਗੁੱਸਾ ਵੈਸੇ ਵਾਕਈ ਇੱਕ ਐਸੀ ਚੀਜ਼ ਆ, ਕਹਿੰਦੇ ਗੁੱਸਾ ਬਹੁਤ ਵੱਡਾ ਨੁਕਸਾਨ ਕਰਦਾ। ਕਈ ਬੰਦੇ ਹੈਗੇ ਨੇ ਗੁੱਸਾ ਅੰਦਰ ਰੱਖਦੇ ਆ, ਕਹਿੰਦੇ ਵੀ ਗੁੱਸਾ ਮੈਂ ਪੀ ਗਿਆ, ਮੈਂ ਗੁੱਸਾ ਮੈਨੂੰ ਉੱਥੇ ਬਹੁਤ ਆਇਆ ਪਰ ਮੈਂ ਗੁੱਸੇ ਨੂੰ ਪੀ ਗਿਆ। ਪੀ ਮਿੱਤਰਾ ਤਾਂ ਹੀ ਹੁੰਦਾ ਜੇ ਅੱਗੇ ਉਹ ਤਕੜਾ ਬੰਦਾ ਹੋਵੇ, ਅੱਗੇ ਉਹ ਮਾੜਾ ਹੁੰਦਾ ਫਿਰ ਨਹੀਂ ਗੁੱਸਾ ਪੀ ਹੁੰਦਾ। ਅਤੇ ਸੋ ਗੁੱਸਾ ਜਿਹੜਾ ਵੈਸੇ ਤਾਂ ਨਹੀਂ ਕਰਨਾ ਚਾਹੀਦਾ, ਠਰਾਮਾ ਬਹੁਤ ਜ਼ਰੂਰੀ ਹੈ। ਜੇ ਠਰਾਮਾ ਕਿਸੇ ਨੇ ਸਿੱਖਣਾ ਤਾਂ ਉਹ ਵੱਡੇ ਬਾਦਲ ਸਾਹਿਬ ਕੋਲ ਸਿੱਖੋ, ਚਾਹੇ ਕੋਈ ਕੁਛ ਕਹੀ ਜਾਵੇ ਤਾਂ ਉਹਨਾਂ ਨੇ ਅੱਗਿਓਂ ਕਦੇ ਗੁੱਸਾ ਉਹਨਾਂ ਨੂੰ ਨਹੀਂ ਦੇਖਿਆ। ਸੋ ਲੀਡਰੀ ਦਾ ਮੇਰੇ ਖਿਆਲ ਪਹਿਲਾ ਸ਼ਾਇਦ ਸਬਕ ਠਰਾਮਾ ਹੀ ਆ। ਅਤੇ ਦਵਿੰਦਰ ਹੋਠੀ ਸਾਹਿਬ ਇਹਦੇ ਬਾਰੇ ਕੀ ਕਹਿੰਦੇ ਨੇ ਗੁੱਸੇ ਬਾਰੇ, ਥੋੜ੍ਹੀ ਦੇਰ ਇਹਨਾਂ ਦੀ ਗੱਲਬਾਤ ਸੁਣ ਲੈਂਦੇ ਹਾਂ, ਕਵਿਤਾ ਸੁਣ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਬਾਕੀ ਦੀ ਗੱਲ ਕਰਾਂਗੇ। ਇੱਕ ਮਿੰਟ ਮੈਂ ਕਾਲ ਇੱਕ ਹੋਲਡ ਕਰ ਦੇਵਾਂ ਅਤੇ ਫਿਰ ਉਸ ਤੋਂ ਬਾਅਦ ਹੋਠੀ ਸਾਹਿਬ ਨਾਲ ਗੱਲ ਕਰਦੇ ਹਾਂ ਜੀ। ਹੋਠੀ ਸਾਹਿਬ ਸਵਾਗਤ ਹੈ ਜੀ, ਬਹੁਤ ਬਹੁਤ ਕੀ ਹਾਲ ਚਾਲ ਹੈ? ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ, ਹਾਲ ਚਾਲ ਬਹੁਤ ਵਧੀਆ। ਆ ਹੁਣੇ ਤੁਸੀਂ ਬੜੀ ਵਧੀਆ ਗੱਲ ਕੀਤੀ ਜਿਹੜੀ ਗੁੱਸੇ ਦੀ ਨਾ, ਵੀ ਬੰਦਾ ਗੁੱਸਾ ਪੀ ਜਾਂਦਾ। ਹਾਂ, ਬੰਦਾ ਕਹਿੰਦਾ ਗੁੱਸਾ ਤਾਂ ਬੜਾ, ਗੁੱਸਾ ਪੀ ਜਾਂਦਾ ਹਨਾ। ਮੈਂ ਕਿਤੇ ਗੱਲ ਪੜ੍ਹੀ ਸੀ, ਮੈਨੂੰ ਚੇਤੇ ਆਈ, ਕਹਿੰਦੀ ਕਹਿੰਦਾ ਵੀ ਜਿਹੜਾ ਗੁੱਸਾ ਆਉਣਾ ਆ ਨਾ, ਇਹ ਮਰਦ ਦੀ ਨਿਸ਼ਾਨੀ ਹੁੰਦਾ। ਤੋ ਤੁਹਾਡਾ ਭਲਾ ਹੋ ਜਾ। ਅੱਛਾ, ਫਿਰ ਤਾਂ ਕਰਿਆ ਕਰੀਏ ਵਾਵਾ ਸਾਰਾ ਫਿਰ ਤਾਂ। ਸੁਣਨੇ ਸੁਣ ਕੇ ਲਓ, ਪੂਰੀ ਗੱਲ ਸੁਣ ਲਓ। ਅੱਛਾ ਅੱਛਾ, ਉਹ ਕਹਿੰਦਾ ਤਾਂ ਗੁੱਸਾ ਆਉਣਾ ਨਾ ਇੱਕ ਮਰਦ ਦੀ ਨਿਸ਼ਾਨੀ ਹੁੰਦਾ, ਤੇ ਜਿਹੜਾ ਗੁੱਸਾ ਪੀ ਜਾਣਾ ਇਹ ਕਹਿੰਦਾ ਕਿ ਪਤੀ ਦੀ ਨਿਸ਼ਾਨੀ ਹੁੰਦਾ। ਪਤੀ ਦੀ ਨਿਸ਼ਾਨੀ, ਬਿਲਕੁਲ ਸਹੀ ਗੱਲ। ਅੱਛਾ, ਗੁੱਸਾ ਅਸੀਂ ਬਿਨਾਂ ਵਜ੍ਹਾ ਬਹੁਤ ਕਰਦੇ ਹਾਂ। ਮੈਂ ਦੇਖਿਆ ਇੰਡੀਆ ਦੇ ਵਿੱਚ, ਜੇ ਤੁਸੀਂ ਦੇਖੋ ਨਾ, ਝਾਤੀ ਮਾਰੋ ਕਦੇ ਜਾਓ ਆਓ ਉਰੇ ਪਾਸੇ ਕਰਦੇ, ਕਈ ਬੰਦੇ ਅਸੀਂ ਵੀ ਉਹਨਾਂ ਸ਼ਾਮਿਲ ਹੋਵਾਂਗੇ, ਹੋ ਸਕਦਾ ਅਸੀਂ ਵੀ ਕਿਸੇ ਟਾਈਮ ਇੱਦਾਂ ਕਰਦੇ ਹੋਵਾਂਗੇ। ਕਈ ਬੰਦੇ ਗੱਡੀ ਦੇ ਸ਼ੀਸ਼ੇ ਬੰਦ ਹੈ, ਏਸੀ ਲੱਗਾ ਹੋਇਆ, ਅਤੇ ਮੇਰੇ ਖਿਆਲ ਕੋਈ ਟਰੱਕ ਵਾਲਾ ਆ ਗਿਆ, ਗਿਓ ਕੋਈ ਸਾਈਕਲ ਵਾਲਾ ਆ ਗਿਆ, ਕੋਈ 700-800 ਗਾਲ ਦਿੱਲੀ ਤੱਕ ਲੁਧਿਆਣੇ ਤੋਂ ਲੱਗ ਜਾਂਦੀ ਹੈ ਗੁੱਸਾ, ਮਤਲਬ ਗੁੱਸਾ ਕਰੀ ਅੰਦਰ ਬੈਠੇ ਨਹੀਂ, ਅਗਲੇ ਨੂੰ ਪਤਾ ਵੀ ਨਹੀਂ ਹੁੰਦਾ। ਜਿਹੜੇ ਬੰਦੇ ਸਾਈਕੀ ਹੈਗੇ ਨੇ, ਕਈ ਬਹੁਤ ਬੰਦੇ, ਕੋਈ ਬੰਦਾ ਸੋਚਦਾ ਵੀ ਰਹਿੰਦਾ ਯਾਰ ਮੈਂ ਕੋਈ, ਮੈਂ ਤਾਂ ਨਾ ਤਾਂ ਮੈਂ ਪਾਸੇ ਆਸੇ ਗੱਡੀ ਕੀਤੀ ਹੈ, ਨਾ ਮੈਂ ਇੱਦਾਂ ਕੀਤੀ ਹੈ, ਤਾਂ ਹੋਰਨ ਕਦੋਂ ਮਾਰ ਗਿਆ? ਅੱਛਾ ਦਵਿੰਦਰ, ਗੁੱਸੇ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਗੁੱਸਾ ਬੰਦਾ ਆਮ ਤੌਰ 'ਤੇ ਕਿਹਾ ਜਾਂਦਾ ਕਿ ਆਪਣੇ ਤੋਂ ਮਾੜੇ 'ਤੇ ਹੀ ਗੁੱਸਾ ਆਉਂਦਾ, ਤਕੜੇ 'ਤੇ ਗੁੱਸਾ ਨਹੀਂ ਆਉਂਦਾ, ਠੀਕ ਆਉਂਦਾ ਕਦੇ ਤਕੜੇ 'ਤੇ ਵੀ? ਦੇਖੋ ਗੁੱਸਾ ਤਾਂ ਆਉਂਦਾ, ਪਰ ਉਹ ਜਿੱਦਾਂ ਤੁਸੀਂ ਦੱਸਿਆ ਵੀ ਉਹ ਬੰਦਾ ਪੀ ਜਾਂਦਾ, ਉਹਨੂੰ ਕੰਟਰੋਲ ਕਰ ਜਾਂਦਾ, ਆਉਂਦਾ ਹੈ, ਆਉਂਦਾ ਉੱਥੇ ਬਹੁਤ ਅਸਰ ਦੇ ਤਗੜੇ ਤੋਂ ਜ਼ਿਆਦਾ ਆਉਂਦਾ, ਪਹਿਲਾਂ ਹੀ ਆਉਣ ਲੱਗ ਪੈਂਦਾ ਉਹ, ਭਾਵੇਂ ਚੰਗਾ ਕੰਮ ਕਰਨਾ ਹੋਵੇ ਤਗੜੇ ਆਉਂਦੇ, ਆਹ ਦੇਖ ਕੇ ਨਾ ਆਹ ਲੈ ਹੁਣ ਕੁਛ ਨਾ ਕੁਛ ਕਰੂਗੇ, ਹੁਣ ਕੁਛ ਨਾ ਕੁਛ ਕਰੂੰਗਾ, ਉਦੀ ਆਉਣ ਲੱਗ ਪੈਂਦਾ ਗੁੱਸਾ ਤੇ ਆਉਂਦਾ, ਪਰ ਉਹ ਬੰਦਾ ਉਹਨੂੰ ਜ਼ਾਹਰ ਨਹੀਂ ਕਰਦਾ।
ਅਸੀਂ ਕਈ ਬੰਦੇ ਜਿਹੜੇ ਹੈਗੇ ਨੇ ਉਹ ਬਿਨਾਂ ਗੱਲ ਤੋਂ ਵੀ ਲੜਦੇ ਨੇ, ਬਿਨਾਂ ਗੱਲ ਤੋਂ ਵੀ ਗੁੱਸਾ ਕਰਦੇ ਨੇ। ਅਸੀਂ ਇੱਥੇ ਕਿਤੇ ਬੈਠੇ ਸੀ ਕਿਸੇ ਘਰ, ਇੱਕ ਬੰਦੇ ਦਾ ਪਤਾ ਹੀ ਸੀ ਵੀ ਇਹਨੇ ਇੱਕ ਅੱਧਾ ਜਦੋਂ ਅੰਦਰ ਚਲੇ ਗਿਆ ਤਾਂ ਫਿਰ ਲੜ ਪੈਣਾ। ਤਾਂ ਵਾਹਵਾ ਦੇਰ ਬੈਠਾ ਪੁੱਛ ਰਿਹਾ, ਕਹਿੰਦੇ ਯਾਰ ਕੋਈ ਗੱਲ ਹੀ ਸੋਚਿਆ ਵੀ ਚਲੋ ਠੀਕ ਆ, ਅੱਜ ਵਧੀਆ ਪਰਿਵਾਰ ਵੀ ਨਾਲ ਸੀ ਉਹਦਾ। ਅਤੇ ਉਦੋਂ ਬਾਅਦ ਗੱਲ ਲੜਿਆ ਕਿ ਗੁੱਸਾ ਉਹਨੂੰ ਕਿਹੜੀ ਗੱਲ ਤੋਂ ਆਇਆ, ਗੁਰਦੁਆਰੇ ਦੀ ਗੱਲ ਛੇੜ ਦੀ ਕਿਸੇ ਨੇ ਵੀ ਗੁਰਦੁਆਰੇ ਦੇ ਵਿੱਚ ਲੰਗਰ ਜਿਹੜਾ ਉਹ ਇੱਥੇ ਬੈਠ ਕੇ ਖਾਣ 'ਚ ਕੋਈ ਹਰਜ ਨਹੀਂ ਕੁਰਸੀਆਂ 'ਤੇ ਬੈਠ ਕੇ, ਉਹਨੂੰ ਬਸ ਜਿਉਂ ਹੋਇਆ ਉਹ ਤਾਂ ਇੰਨਾ ਗਰਮ ਹੋ ਗਿਆ ਬੰਦਾ। ਮੈਂ ਕਹਿ ਲਿਆ ਦੱਸ ਕੋਈ ਗੱਲ ਨਾ ਗੁੱਸਾ ਕਰਨ ਵਾਲੀ ਹੈਗੀ ਹੈ। ਉਹ ਇਹਦਾ ਧਾਰਮਿਕ ਮਾਮਲਾ ਦਾ ਬਹੁਤ ਸੈਂਸਿਟਿਵ ਹੁੰਦਾ ਜੇ ਉਹ ਜਿਹੜੇ ਲੀਡਰ ਹੁੰਦੇ ਨਾ। ਨਹੀਂ ਲੀਡਰ ਨਹੀਂ ਬੰਦਾ, ਤਾਂ ਬੰਦਾ ਵੈਸੇ ਵੀ ਬੰਦਾ ਦੇਖੋ ਜਿਹਦੇ ਅਸੀਂ ਕਹੀਏ ਵੀ ਸਿੱਖੀ ਸਰੂਪ 'ਚ ਵੀ ਨਹੀਂ ਸੀ, ਕਲੀਨ 'ਚ ਬੰਦਾ ਸੀ, ਮਤਲਬ ਕਹਿਣ ਦਾ ਉਹ ਲੱਭਦਾ ਸੀ ਬਹਾਨਾ ਵੀ ਹੁਣ ਕਰ ਕੋਈ ਗੱਲ ਲੱਭੀ ਨਹੀਂ ਮੈਨੂੰ। ਕਈ ਬੰਦੇ ਸਿਰਫ ਲੜਨ ਦਾ ਗੁੱਸਾ ਕਰਨ ਦਾ ਬਹਾਨਾ ਹੀ ਲੱਭਦੇ ਨੇ। ਔਰ ਵਿਆਹਾਂ ਦੀ ਗੱਲ ਕਰ ਲਈਏ, ਵਿਆਹਾਂ ਦੇ ਵਿੱਚ ਪਿੰਡ ਵਾਲੇ ਕਈ ਇਸੇ ਗੱਲੋਂ ਗੁੱਸੇ ਹੋ ਜਾਂਦੇ ਆ, ਲੈ ਮੁੰਡੇ ਦੇ ਪਿਓ ਨੇ ਆਪ ਨਹੀਂ ਕਿਹਾ ਵੀ ਚੱਲ ਬੈਠ ਗੱਡੀ 'ਚ ਵੀ ਆਪਾਂ ਚੱਲੀਏ ਬਰਾਤੇ, ਇਸੇ ਗੱਲ 'ਤੇ ਗੁੱਸੇ ਹੋ ਜਾਂਦੇ ਵੀ ਮੁੰਡੇ ਦੇ ਪਿਓ ਨੇ ਆਪ ਨਹੀਂ ਕਿਹਾ ਵੀ ਚੱਲ ਬੈਠ ਗੱਡੀ 'ਚ, ਮੈਂ ਨਹੀਂ ਜਾਂਦਾ। ਪ੍ਰਾਹੁਣੇ ਜਿਹੜੇ ਪ੍ਰਾਹੁਣੇ ਆਪਾਂ ਜੇ ਵਿਆਹਾਂ ਦੀ ਗੱਲ ਕਰ ਲਈਏ, ਗੁੱਸੇ ਹੋਣ ਦੀ ਗੱਲ ਕਰੀ, ਉਹ ਗੁੱਸਾ ਹੋ ਰਿਹਾ ਸੀ, ਉਸ ਗੁੱਸੇ ਦੀ ਅੱਜ ਗੱਲ ਨਹੀਂ ਕਰ ਰਹੇ ਅਸੀਂ, ਜਿਹੜਾ ਸਾਨੂੰ ਉਹਦਾ ਗੁੱਸਾ ਉਹਦੀ ਗੱਲ ਕਰ ਰਹੇ, ਉਹ ਗੁੱਸੇ ਹੋਣਾ, ਰੁੱਸਣਾ ਕਹਿੰਦੇ ਜਿਹਨੂੰ ਆਪਾਂ। ਹਾਂ ਹਾਂ, ਪਰ ਗੁੱਸਾ ਗੁੱਸਾ ਆਉਣਾ ਹੋਰ ਚੀਜ਼ ਹੈ। ਧਾਰਮਿਕ ਪੂਰੀ ਤਰ੍ਹਾਂ ਕੱਟਣਤਾ ਜੀ ਬਣਾ ਲੈਣਾ, ਮੁੜ ਕੇ ਫਿਰ ਉਹਨਾਂ ਦੀ ਤਾਰ ਖਿੱਚ ਕੇ ਤੁਹਾਨੂੰ ਖਿਜਾਉਣਾ, ਫਿਰ ਇੱਕਦਮ ਗੁੱਸਾ ਆਉਂਦਾ ਬੰਦੇ ਨੂੰ। ਜਿੱਦਾਂ ਉਹ ਬੜਾ ਮਸ਼ਹੂਰ ਕਾਂਡ ਹੋਇਆ ਸੀ ਕਿ ਉਹ ਸਰਸੇ ਵਾਲੇ ਦੇ ਚੋਆ ਪਵਾ ਤਾ, ਦਵਿੰਦਰ ਇੱਕ ਬੰਦਾ ਆਪਣੇ ਹੈਗਾ ਜਾਣਦੇ ਤੁਸੀਂ ਵੀ ਉਹਨੂੰ, ਹੁਣ ਉਹਦੀ ਰੈਪੂਟੇਸ਼ਨ ਦਾ ਪਤਾ ਲੱਗ ਗਿਆ ਸਭ ਨੂੰ। ਉਹਦਾ ਕੰਮ ਸੀਗਾ ਵੀ ਜਿੱਥੇ ਕੰਮ ਕਰਨਾ ਉਹਨੇ, ਜਿੱਥੇ ਵੀ ਕਿਸੇ ਵੀ ਮਤਲਬ ਚਾਹੇ ਕਿਤੇ ਵੀ ਕੰਮ ਕਰਨਾ ਲਾ ਲਓ, ਚਾਹੇ ਕਾਰ ਡੀਲਰਸ਼ਿਪ 'ਚ ਕਿਤੇ, ਉਹਦਾ ਕੰਮ ਸੀ ਉੱਥੇ ਕਿਸੇ ਇੰਪਲਾਈ ਨੂੰ ਦੇਖ ਕੇ ਜਿਹਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਉਹਦੇ ਨਾਲ ਉਹਨੇ ਪੰਗਾ ਲੈਣਾ, ਜਾਣ ਕੇ ਪੰਗਾ ਲਈ ਜਾਣਾ, ਉਹਨੂੰ ਗੁੱਸਾ ਦਿਵਾਉਣਾ, ਅਤੇ ਫਿਰ ਕੋਸ਼ਿਸ਼ ਇਹ ਕਰਨੀ ਵੀ ਉਹ ਉਹਦੇ 'ਤੇ ਹੱਥ ਚੱਕੇ। ਹਾਂ, ਇੰਨਾ ਗੁੱਸਾ ਚੜਾ ਦੇਣਾ ਵੀ ਉਹ ਉੱਤੇ ਹੱਥ ਚੱਕੇ, ਅਤੇ ਫਿਰ ਉੱਤੇ ਕੇਸ ਕਰ ਦੇਣਾ। ਉਹ 2-3 ਵਾਰੀ ਤਾਂ ਹੋ ਗਿਆ ਉਹਦਾ ਕੰਮ ਚੱਲ ਗਿਆ, ਅਤੇ ਉਦੋਂ ਬਾਅਦ ਹੁਣ ਉਹਨੂੰ ਮਤਲਬ ਰੱਖਣੇ ਰੱਖਣੇ ਹਟ ਗਏ, ਲੋਕ ਸਮਝ ਗਏ ਹੋਣੇ ਮੇਰੇ ਖਿਆਲ। ਆਈਡੀਆ ਹੋ ਗਿਆ, ਹਾਂਜੀ ਚਲੋ ਛੱਡੋ, ਖੈਰ ਛੱਡੋ। ਅੱਛਾ ਚਲੋ, ਗੁੱਸਾ ਨਾ ਨਹੀਂ, ਚਲੋ ਗੁੱਸਾ, ਚਲੋ ਆਪਾਂ ਤੁਹਾਡੇ ਕੋਲ ਇੱਕ ਸਵਾਲ ਕਰਕੇ ਫਿਰ ਕਵਿਤਾ ਵਾਲੇ ਪਾਸੇ ਚੱਲਦੇ ਹਾਂ। ਦਰਸ਼ਕਾਂ ਦਾ ਵੀ ਮੇਰਾ ਇਹੀ ਸਵਾਲ ਹੋਏਗਾ ਵੀ ਗੁੱਸਾ ਜਦੋਂ ਆਵੇ ਤਾਂ ਕੀ ਕਰਨਾ ਚਾਹੀਦਾ, ਉਦੋਂ ਕੰਟਰੋਲ ਕਰਨ ਵਾਸਤੇ ਸਿਰ ਤੇ ਹੱਥ ਰੱਖ ਕੇ ਨਾ ਦੱਸ ਗਿਣ ਲਓ। ਇਹ ਇੱਕ ਚਲੋ ਹਾਸੇ ਮਜ਼ਾਕ ਦੇ ਵਿੱਚ ਸੀਰੀਅਸ ਗੱਲ ਦੱਸਣ ਲੱਗਾ, ਜਦੋਂ ਬਹੁਤ ਗੁੱਸਾ ਆਉਂਦਾ ਨਾ, ਅਗਰ ਤੁਸੀਂ ਉਹਨੂੰ 10 ਸਕਿੰਟ ਡਿਲੇ ਕਰਤਾ, ਜਿਹੜੇ ਮਨੋਵਿਗਿਆਨਿਕ ਆ ਨਾ ਜਿਹੜੇ ਮਨ ਦਾ ਵਿਸ਼ਲੇਸ਼ਣ ਕਰਦੇ ਆ ਤੁਹਾਡੇ ਕਿੱਦਾਂ ਵੀ ਕੰਟਰੋਲ ਹੋਈਆਂ ਚੀਜ਼ਾਂ, ਇਹ ਉਹ ਕਹਿੰਦੇ ਤੁਸੀਂ 10 ਸਕਿੰਟ ਕੰਟਰੋਲ ਕਰ ਗਿਆ ਨਾ, 10 ਸਕਿੰਟ ਮਤਲਬ ਬੋਲਣ ਤੋਂ ਪਹਿਲਾਂ, ਉਹਦਾ ਜਵਾਬ ਦੇਣ ਤੋਂ ਪਹਿਲਾਂ, ਜਾਂ ਤੁਸੀਂ ਕਿਸੇ ਦੇ ਹੱਥ 10 ਸਕਿੰਟ ਕੰਟਰੋਲ ਕਰ ਗਿਆ, ਤੁਹਾਡਾ ਜਿਹੜਾ ਰਿਜ਼ਲਟ ਹੈ ਉਹ 50% ਵੱਖਰਾ ਹੋ ਜਾਂਦਾ। ਇਹਦੀ ਚਲੋ ਗੁੱਸੇ ਦੀ ਗੱਲ ਛੱਡੋ, ਜੇ ਕੋਈ ਬੰਦਾ ਖੁਦਕੁਸ਼ੀ ਕਰਨ ਲੱਗਿਆ, ਉਹਨੂੰ 10-15 ਸੈਕਿੰਡ ਦਾ ਸਮਾਂ ਮਿਲ ਜੇ, ਦਿਮਾਗ ਹੋਰ ਪਾਸੇ ਉਹਦਾ ਹੋ ਜਾਵੇ, ਉਹ ਆਪਦਾ ਮਨ ਬਦਲੇਗਾ। ਇੱਕ ਸੁਣੀ ਨਹੀਂ ਕਹਾਣੀ, ਨਹੀਂ ਸੁਣੀ ਕਹਾਣੀ, ਨੂੰਹ ਸੱਸ ਦੀ, ਕਹਿੰਦੇ ਬਾਹਲੀ ਲੜਾਈ ਸੀ ਚੱਲਦੀ, ਅਤੇ ਸੱਸ ਗਈ ਬਾਬੇ ਕੋਲ ਵੀ, ਨੂੰਹ ਬਹੁਤ ਲੜਦੀ ਹੈ, ਤਾਂ ਉਹਨੇ ਕਹਿੰਦਾ ਤਵੀਤ ਦੇ ਦਿੱਤਾ ਵੀ ਜਦੋਂ ਉਹ ਬੋਲਣ ਲੱਗੇ ਦੰਦਾਂ ਥੱਲੇ ਲੈਣ ਤੂੰ, ਅਤੇ ਜਿੱਦਾਂ ਇਹਦਾ ਉਹ ਬੋਲੇ ਤੂੰ ਤੂੰ ਕੁੱਟੀ ਜਾਣਾ। ਅਤੇ ਉਹ ਠੀਕ ਹੋ ਗਿਆ ਕੰਮ, ਕਹਿੰਦੀ ਵੀ ਹਾਂ ਉਹ ਤਾਂ ਠੀਕ ਹੋ ਗਈ, ਹੁਣ ਤਾਂ ਹਟ ਗਈ ਲੜਨੋਂ। ਅਤੇ ਕੀ ਸੀ ਬਾਬਾ ਜੀ ਤਵੀਤ 'ਚ, ਕਹਿੰਦਾ ਕੁਛ ਵੀ ਨਹੀਂ ਸੀ, ਖਾਲੀ ਪੇਪਰ ਸੀ ਵੀ ਤੂੰ ਉਹਨੇ ਦੰਦ ਥੱਲੇ ਘੁੱਟ ਲੈਂਦੀ ਸੀ, ਤੂੰ ਬੋਲ ਨਹੀਂ ਸਕਦੀ ਸੀ, ਅਤੇ ਉਹ ਬੋਲ ਬੋਲ ਕੇ ਆਪੇ ਚੁੱਪ ਕਰ ਜਾਂਦੀ ਸੀ। ਚਲੋ ਕਵਿਤਾ ਵਾਲੇ ਪਾਸੇ ਚੱਲੀਏ, ਵਾਹਵਾ ਟਾਈਮ ਹੋ ਗਿਆ। ਹਾਂਜੀ ਹਾਂਜੀ, ਅੱਛਾ ਕਵਿਤਾ 'ਤੇ ਜਿੱਦਾਂ ਅੱਜ ਨਾ ਮੈਂ
ਕਿਸੇ ਦਾ ਇਹ ਮੇਰੀ ਆਪਣੀ ਲਿਖੀ ਹੋਈ ਨਹੀਂ ਹੈ ਇਹ ਕਿਸੇ ਦਾ ਮੈਂ ਗੀਤ ਬਣਾਇਆ ਸੀ ਬਹੁਤ ਚਿਰ ਪਹਿਲਾਂ ਸ਼ਾਇਦ ਮੈਨੂੰ ਯਾਦ ਨਹੀਂ ਮੁੰਡੇ ਦਾ ਸ਼ਾਇਦ ਨਾ ਕਬੀਰ ਆ ਜਿਹਨੇ ਗਾਇਆ ਅਖੀਰ ਤੇ ਆਪਣਾ ਨਾਮ ਪਾਉਣਾ ਹੁੰਦਾ ਤੇ ਉਦੋਂ ਬਾਅਦ ਚਲੋ ਪਰਮਾਤਮਾ ਨੇ ਆਪ ਹੀ ਬਥੇਰਾ ਕੁਝ ਦਿੱਤਾ ਇਹ ਮੈਨੂੰ ਵਧੀਆ ਲੱਗਾ ਜਿਹੜੀ ਚੀਜ਼ ਸ਼ੇਅਰ ਕਰਨਾ ਜ਼ਰੂਰ ਜ਼ਰੂਰ ਆਪਣਾ ਕੁਝ ਬਣਾਉਣ ਲੱਗਾ ਪਰ ਮੈਨੂੰ ਇਹ ਜ਼ਿਆਦਾ ਵਧੀਆ ਲੱਗਾ ਮੈਂ ਕਿਹਾ ਧਰਮਾ ਇਹ ਆ ਵੀ ਇਹ ਕਰਦੇ ਹਾਂ ਜ਼ਰੂਰ ਜ਼ਰੂਰ ਉਹ ਰਾਈਟਰ ਨੇ ਬੜਾ ਸੋਹਣਾ ਲਿਖਿਆ ਤੇ ਗਾਉਣ ਵਾਲੇ ਨੇ ਕਿਹਾ ਕਹਿੰਦਾ ਵੀ ਬਾਪੂ ਦੀਆਂ ਗਾਲਾਂ ਦਾ ਬੱਚਿਆਂ ਦੀਆਂ ਲਾਲਾਂ ਦਾ ਬਾਪੂ ਦੀਆਂ ਗਾਲਾਂ ਦਾ ਬੱਚਿਆਂ ਦੀਆਂ ਲਾਲਾਂ ਦਾ ਚਿੱਟੇ ਆਏ ਵਾਲਾਂ ਦਾ ਕਹਿੰਦਾ ਗੁੱਸਾ ਨੀ ਕਰੀਦਾ ਰਾਏ ਜੀ ਗੁੱਸਾ ਨੀ ਕਰੀਦਾ ਇਹ ਕਹਿੰਦਾ ਸਿਆਣੇ ਅੱਖ ਗੁੱਸਾ ਖਾ ਜਾਂਦਾ ਅਗਲਾਂ ਨੂੰ ਰਹਿ ਨੀ ਦਿੰਦਾ ਸੋਹਣਾ ਕਹਿੰਦਾ ਸੋਹਣੀਆਂ ਸ਼ਕਲਾਂ ਨੂੰ ਤੇ ਫਿਰ ਕਹਿੰਦਾ ਤੂੰ ਰੁੱਸੇ ਹੋਏ ਢੋਲੇ ਦਾ ਕਮਲੇ ਕਿਸੇ ਢੋਲੇ ਦਾ ਤੇ ਕਹਿੰਦਾ ਸ਼ਰਾਬੀ ਦੇ ਬੋਲੇ ਦਾ ਗੁੱਸਾ ਨੀ ਕਰੀਦਾ ਬਾਈ ਜੀ ਗੁੱਸਾ ਨੀ ਕਰੀਦਾ ਫਿਰ ਅਗਲੀ ਬੜੀ ਪਿਆਰੀ ਗੱਲ ਕਹਿੰਦਾ ਗੁੱਸੇ ਦੇ ਵਿੱਚ ਐਵੇਂ ਹੀ ਨੁਕਸਾਨ ਹੋ ਜਾਂਦਾ ਖੁੰਝੇ ਹੋਏ ਵੇਲੇ ਨੂੰ ਬੰਦਾ ਪਛਤਾਉਂਦਾ ਜਿੱਦਾਂ ਆਪਾਂ ਕਹਿੰਦੇ ਦਸ ਕੁ ਪਰਸੈਂਟ ਦਸ ਕੁ ਸੈਂਟ ਰੱਖ ਕੇ ਕਹਿੰਦਾ ਗੁੱਸੇ ਵਿੱਚ ਐਵੇਂ ਨੁਕਸਾਨ ਹੋ ਜਾਂਦਾ ਖੁੰਝੇ ਹੋਏ ਵੇਲੇ ਨੂੰ ਬੰਦਾ ਪਛਤਾਉਂਦਾ ਕਹਿੰਦਾ ਹਾਸੇ ਵਿੱਚ ਮਾਰੇ ਦਾ ਸੱਜਣਾ ਦੇ ਲਾਰੇ ਦਾ ਤੇ ਖੇਡ ਵਿੱਚ ਹਾਰੇ ਦਾ ਹੱਥ ਕਿਸੇ ਵੱਲ ਜਾਣ ਤੋਂ ਪਹਿਲਾਂ ਥੋੜਾ ਰੋਕ ਲਈਏ ਤੇ ਕਹਿੰਦਾ ਰਾਤ ਦੇ ਹੋਕੇ ਦਾ ਪੁਲਿਸ ਦੇ ਰੋਕੇ ਦਾ ਤੇ ਮਾਸਟਰ ਦੇ ਟੋਕੇ ਦਾ ਗੁੱਸਾ ਨੀ ਕਰੀਦਾ ਬਾਈ ਨੀ ਗੁੱਸਾ ਨੀ ਕਰੀਦਾ ਤੇ ਜਿਹੜਾ ਅਗਲਾ ਸ਼ੇਰ ਆ ਨਾ ਆਖਰੀ ਸ਼ੇਰ ਇਹ ਮੇਰਾ ਆ ਇਹ ਕੋਲ ਆਇਆ ਮੈਂ ਜੀ ਇਹ ਮੇਰਾ ਤੇ ਕਹਿੰਦਾ ਵੀ ਹੋਠੀ ਕਹਿੰਦਾ ਕੁਝ ਕੁ ਗੱਲਾਂ ਹੋਰ ਵੀ ਹੁੰਦੀਆਂ ਨੇ ਇਹ ਤੋਂ ਇਲਾਵਾ ਜਿੰਨੀਆਂ ਉੱਤੇ ਲਿਖੀਆਂ ਪਾਲੀ ਸਾਹਿਬ ਨੇ ਇਹ ਤੋਂ ਇਲਾਵਾ ਕਹਿੰਦਾ ਹੋਠੀ ਕਹਿੰਦਾ ਕੁਝ ਕੁ ਗੱਲਾਂ ਹੋਰ ਵੀ ਹੁੰਦੀਆਂ ਨੇ ਕਿਸੇ ਦੇ ਨਾਲ ਇਸ਼ਾਰੇ ਕਿਸੇ ਦੇ ਵੱਲ ਇਸ਼ਾਰੇ ਤੇ ਉਂਗਲਾਂ ਚ ਕਿਸੇ ਦੀਆਂ ਹੁੰਦੀਆਂ ਨੇ ਕਿਸੇ ਹੋਰ ਦੇ ਵੱਲ ਇਸ਼ਾਰੇ ਉਂਗਲੀ ਕਿਸੇ ਦੀਆਂ ਹੁੰਦੀਆਂ ਨੇ ਕਹਿੰਦਾ ਸਿਖਰ ਦੁਪਹਿਰੇ ਦਾ ਸਿਖਰ ਦੁਪਹਿਰੇ ਦਾ ਸੱਪ ਕਿਸੇ ਜਹਿਰੇ ਦਾ ਤੇ ਕਾਂਗਰਸ ਗਏ ਵਿੱਚ ਗਏ ਖੈਰੇ ਦਾ ਸਿਖਰ ਦੁਪਹਿਰੇ ਦਾ ਸੱਪ ਕਿਸੇ ਜਹਿਰੇ ਦਾ ਕਾਂਗਰਸ ਵਿੱਚ ਗਿਆ ਖੈਰੇ ਦਾ ਗੁੱਸਾ ਨੀ ਕਰੀਦਾ ਬਾਈ ਜੀ ਗੁੱਸਾ ਨੀ ਕਰੀਦਾ ਗੁੱਸਾ ਨੀ ਕਰੀਦਾ ਬਹੁਤ ਵਧੀਆ ਬਹੁਤ ਮਿਹਰਬਾਨੀ ਦਵਿੰਦਰ ਬਹੁਤ ਵਧੀਆ ਚਲੋ ਗੁੱਸਾ ਨਾ ਕਰਿਓ ਹੈ ਗੁੱਸਾ ਨਾ ਕਰਦੇ ਪਿੱਛੋਂ ਆਵਾਜ਼ ਮਾਰੀ ਹੈ ਹੁਣ ਤਾਂ ਡਾਂਗ ਮਾਰ ਕੇ ਵੀ ਕਹਿੰਦੇ ਗੁੱਸਾ ਨਾ ਕਰੀ ਯਾਰ ਡਾਂਗ ਵੱਜ ਗਈ ਤੇਰੇ ਚਲੋ ਓਕੇ ਦਵਿੰਦਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਫਟਾਫਟ ਬ੍ਰੇਕ ਵਾਲੇ ਪਾਸ ਚੱਲਦੇ ਹਾਂ ਬ੍ਰੇਕ ਤੋਂ ਬਾਅਦ ਫਟਾਫਟ ਤੁਹਾਡੀਆਂ ਕਾਲਾਂ ਵੱਲ ਚੱਲਾਂਗੇ ਜੀ ਤੁਸੀਂ ਵੀ ਗੱਲ ਕਰ ਸਕਦੇ ਹੋ ਗੁੱਸੇ ਨੂੰ ਕੰਟਰੋਲ ਕਰਨ ਵਾਸਤੇ ਕੀ ਕਰਨਾ ਚਾਹੀਦਾ ਅਤੇ ਪਰ ਗੁੱਸੇ 'ਚ ਨਾ ਦੱਸਿਓ ਆਰਾਮ ਨਾਲ ਪਿਆਰ ਨਾਲ ਦੱਸ ਦਿਓ ਫਿਲਹਾਲ ਬ੍ਰੇਕ ਲੈਂਦੇ ਹਾਂ ਦੇਖਦੇ ਹਾਂ ਦੇਖਦੇ ਰਹੋ ਜਸ ਪੰਜਾਬ ਹਾਜ਼ਰ ਹੈ ਜੀ ਇੱਕ ਵਾਰ ਫਿਰ ਅਤੇ ਫਟਾਫਟ ਆਪਾਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਜਾਣਦੇ ਹਾਂ ਤੁਹਾਡੇ ਵਿਚਾਰ ਕੀ ਕਰਨਾ ਚਾਹੀਦਾ ਗੁੱਸੇ ਦੇ ਵਿੱਚ ਜਦੋਂ ਬੰਦਾ ਹੁੰਦਾ ਤਾਂ ਜ਼ਰੂਰ ਆਪੋ ਆਪਣੇ ਵਿਚਾਰ ਪੇਸ਼ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਸਰਦਾਰ ਗੁਰਦੀਪ ਸਿੰਘ ਜੀ ਸੰਦਰ ਸਾਹਿਬ ਹਾਂਜੀ ਜੱਗੀ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੱਗੀ ਸਾਹਿਬ ਗੁੱਸਾ ਚਾਰ ਪ੍ਰਕਾਰ ਦਾ ਹੁੰਦਾ ਜੀ ਨੰਬਰ 1 ਮਾਮੂਲੀ ਗੁੱਸਾ ਨੰਬਰ 2 ਮਿੱਠਾ ਗੁੱਸਾ ਨੰਬਰ 3 ਤੇਜ਼ ਗੁੱਸਾ ਨੰਬਰ 4 ਬੇਹੱਦ ਗੁੱਸਾ ਜਿਹੜਾ ਸਭ ਤੋਂ ਖਤਰਨਾਕ ਆ ਬੇਹੱਦ ਗੁੱਸਾ ਥੋੜਾ ਥੋੜਾ ਸਾਰਿਆਂ ਦਾ ਵਰਣਨ ਕਰਦੇ ਹਾਂ ਹਾਂਜੀ ਜ਼ਰੂਰ ਮਾਮੂਲੀ ਗੁੱਸਾ ਜੋ ਕਿ ਅਕਸਰ ਘਰ ਵਿੱਚ ਪਤੀ ਪਤਨੀ ਭੈਣ ਭਰਾ ਮਾਤਾ ਪਿਤਾ ਜਾਂ ਗਹਿਰੀ ਦੋਸਤੀ ਵਿੱਚ ਹੁੰਦਾ ਹੈ ਜੋ ਨਾ ਮਾਤਰ ਦਾ ਕੁਛ ਸ਼ਣ ਭਰਦਾ ਹੁੰਦਾ ਹੈ ਉਹ ਗੁੱਸਾ ਦਿਲ ਨੂੰ ਤੰਗ ਬਿਲਕੁਲ ਨਹੀਂ ਕਰਦਾ ਕੁਝ ਦੇਰ ਬਾਅਦ ਹੀ ਅਸੀਂ ਉਸ ਮਾਮੂਲੀ ਗੁੱਸੇ ਨੂੰ ਭੁੱਲ ਜਾਂਦੇ ਹਾਂ ਇਹ ਹੁੰਦਾ ਮਾਮੂਲੀ ਗੁੱਸਾ ਮਿੱਠਾ ਗੁੱਸਾ ਕੀ ਹੁੰਦਾ ਮਿੱਠਾ ਗੁੱਸਾ ਜਿਸ ਗੁੱਸੇ ਨਾਲ ਪਿਆਰ ਜਿਤਾਇਆ ਜਾਂਦਾ ਹੈ ਇਹੋ ਜਿਹੇ ਗੁੱਸੇ ਵਿੱਚੋਂ ਪਿਆਰ ਝਲਕਦਾ ਹੁੰਦਾ ਜੋ ਕਿ ਦੋ ਪ੍ਰੇਮੀਆਂ ਵਿੱਚ ਪਤੀ ਪਤਨੀ ਭੈਣ ਭਰਾ 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 ਮਾਤਾ ਪਿਤਾ ਤੇ ਦੋਸਤਾਂ ਵਿੱਚ ਹੁੰਦਾ ਹੈ ਮਤਲਬ ਇਸ ਤਰ੍ਹਾਂ ਗੁੱਸਾ ਕਰਨ ਨਾਲ ਚੱਲਦਾ ਤੇਜ਼ ਗੁੱਸਾ ਗੁੱਸਾ ਕਰਨ ਨਾਲ ਜੇ ਰੋਟੀ ਨਹੀਂ ਖਾਣੀ ਮਾਂ ਵੀ ਨਹੀਂ ਖਾਣੀ ਜਾਂ ਮਾਂ ਵੀ ਨਹੀਂ ਖਾਣੀ ਰੋਟੀ ਫਿਰ ਜੀ ਮਿੱਠਾ ਗੁੱਸਾ ਅੱਛਾ ਜੀ ਇਹ ਮਿੱਠਾ ਗੁੱਸਾ ਜੀ ਤੇਜ਼ ਗੁੱਸਾ ਤੇਜ਼ ਗੁੱਸਾ ਇਹ ਗੁੱਸਾ ਹੁੰਦਾ ਹੈ ਜੋ ਜਰਾ ਤੇਜ਼ ਹੁੰਦਾ ਹੈ ਜੋ ਚੰਦ ਦਿਨਾਂ ਮਹੀਨਿਆਂ ਤੱਕ ਤਾਂ ਮਨ ਵਿੱਚ ਰਹਿ ਸਕਦਾ ਪਰ ਸਾਲਾਂ ਵਧੀ ਨਹੀਂ ਸਮਾਂ ਆਉਣ ਉੱਤੇ ਇਸ ਨੂੰ ਵੀ ਭੁਲਾਇਆ ਜਾ ਸਕਦਾ ਹੈ ਸਭ ਤੋਂ ਖਤਰਨਾਕ ਚੌਥਾ ਗੁੱਸਾ ਹੁੰਦਾ ਬੇਹੱਦ ਗੁੱਸਾ ਹੁਣ ਇਹਦਾ ਜਰਾ ਧਿਆਨ ਨਾ ਸੁਣਿਓ ਇਸ ਗੁੱਸੇ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ ਜੋ ਕਿਸੇ ਦੀ ਸਾਰੇ ਸਮਾਜ ਸਾਹਮਣੇ ਦੂਜੇ ਨੂੰ ਨੀਵਾਂ ਤੇ ਆਪਣੇ ਆਪ ਨੂੰ ਵਧੀਆ ਅਤੇ ਸ੍ਰੇਸ਼ਟ ਕਹਾਉਣ ਲਈ ਕੀਤਾ ਜਾਂਦਾ ਹੈ
ਪ੍ਰਕਾਰ ਦਾ ਗੁੱਸਾ ਉਹ ਲੋਕ ਕਰਦੇ ਹਨ ਜੋ ਆਪਦੀ ਤਰੱਕੀ ਤੋਂ ਜਲਦੇ ਹਨ ਤੇ ਤੁਹਾਡੀ ਬਰਾਬਰੀ ਨਹੀਂ ਕਰ ਪਾਉਂਦੇ, ਜਾਂ ਉਹ ਲੋਕਾਂ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਜੋ ਘਮੰਡੀ ਕਿਸਮ ਦੇ ਹੁੰਦੇ ਹਨ ਜੀ। ਬੇਹੱਦ ਗੁੱਸੇ ਦੇ ਪਾਪਾ ਜੀ ਦਾ ਨਾਮ ਹੁੰਦਾ ਹੈ ਘਮੰਡੀ ਰਾਮ ਜੀ। ਵਾਹ ਜੀ ਵਾਹ। ਤੇ ਬੇਹੱਦ ਗੁੱਸੇ ਦੀ ਮਾਂ ਵੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਹੈ ਉਪੇਕਸ਼ਾ ਜੀ। ਬੇਹੱਦ ਗੁੱਸੇ ਦੀ ਪਤਨੀ ਵੀ ਹੁੰਦੀ ਹੈ ਜਿਸਦਾ ਨਾਮ ਹੈ ਹਿੰਸਾ। ਵਾਹ ਜੀ ਵਾਹ। ਅੱਖਾਂ ਲਾਲ ਤਮਤਮਾਉਂਦਾ ਚਿਹਰਾ ਅਤੇ ਇਨਸਾਨ ਹਿੰਸਾ ਉੱਪਰ ਵੀ ਉੱਤਰ ਆਉਂਦਾ ਹੈ। ਬੇਹੱਦ ਗੁੱਸੇ ਦੀਆਂ ਦੋ ਜੁੜਵਾਂ ਬੇਟੀਆਂ ਵੀ ਹਨ, ਨਿੰਦਾ ਅਤੇ ਚੁਗਲੀ। ਵਾਹ ਜੀ ਵਾਹ। ਗੁੱਸੇ ਦੀ ਪੋਤਰੀ ਵੀ ਹੈ ਥੁੱਕ, ਤੇ ਗੁੱਸੇ ਦੇ ਜਵਾਈ ਦਾ ਨਾਮ ਹੈ ਪੋਇਜ਼ਨ ਯਾਨੀ ਜ਼ਹਿਰ। ਜ਼ਹਿਰ, ਠੀਕ ਹੈ ਜੀ। ਇਨਸਾਨ ਗੁੱਸੇ ਵਿੱਚ ਬੜਬੜਾਏਗਾ, ਚਿੱਲਾਏਗਾ, ਉੱਚੀ ਉੱਚੀ ਬੋਲੇਗਾ, ਆਪੇ ਤੋਂ ਬਾਹਰ ਹੋ ਜਾਏਗਾ, ਅਪਸ਼ਬਦ ਬੋਲੇਗਾ। ਜੋ ਸਭਿਆ ਦਿਖਦਾ ਸੀ ਉਹ ਬੰਦਾ ਅਸਭਿਆ ਹੋ ਜਾਏਗਾ, ਉਸਦੀ ਭਾਸ਼ਾ ਉੱਤੇ ਕੰਟਰੋਲ ਨਹੀਂ ਰਹੇਗਾ, ਉਸਦਾ ਬੀਪੀ ਵੀ ਹਾਈ ਹੋ ਜਾਏਗਾ, ਭਾਸ਼ਾ ਵੀ ਗਲਤ ਬੋਲੇਗਾ, ਸੱਪ ਦੀ ਤਰ੍ਹਾਂ ਆਪਣੀ ਪੂਰੀ ਜ਼ਹਿਰ ਉਗਲ ਦੇਵੇਗਾ। ਸੋ ਐਸੇ ਗੁੱਸਾ ਕਰਨ ਵਾਲੇ ਲੋਕ ਅਸਲੀ ਹੀਰੇ ਕਦੇ ਨਹੀਂ ਹੋ ਸਕਦੇ, ਸਿਰਫ ਕੱਚ ਦੇ ਬਨਾਵਟੀ ਹੀਰੇ ਹੀ ਹੁੰਦੇ ਨੇ। ਵਾਹ ਜੀ ਵਾਹ। ਹੁਣ ਜੇ ਥੋੜਾ ਜਿਹਾ ਟਾਈਮ ਹੈਗਾ ਤਾਂ ਦੱਸ ਦਿੰਦੇ ਆ ਵੀ ਇਹਨਾਂ ਗੁੱਸਿਆਂ ਨੂੰ ਤੁਸੀਂ ਕੰਟਰੋਲ ਕਿੱਦਾਂ ਕਰ ਸਕਦੇ। ਇਹੀ ਚੀਜ਼ ਆਪਾਂ ਨੂੰ ਚਾਹੀਦੀ, ਕੰਟਰੋਲ ਵਾਲੀ ਗੱਲ ਚਾਹੀਦੀ। ਹਾਂਜੀ ਹਾਂਜੀ ਹਾਂਜੀ। ਪਹਿਲਾ ਮੰਤਰ ਹੈ ਗੁੱਸਾ ਆਏ ਤਾਂ ਥੋੜਾ ਰੁਕ ਜਾਓ, ਕਾਹਲ ਨਾ ਕਰੋ ਜੀ, ਕਿਉਂਕਿ ਗੁੱਸਾ ਕਰਨ ਵਾਲਾ ਵਿਅਕਤੀ ਜਿਹੜਾ ਹੁੰਦਾ ਉਹ ਪ੍ਰਚੰਡ ਵਿਸ਼ ਵਾਲਾ ਸੱਪ ਬਣ ਜਾਂਦਾ ਉਸ ਲਈ ਜੀ। ਤੋ ਉਸ ਲਈ ਥੋੜਾ ਰੁਕੋ, ਕਾਹਲ ਨਾ ਕਰੋ, ਉਹਦਾ ਇੱਕਦਮ ਐਕਸ਼ਨ ਨਾ ਲਾਓ ਜੀ। ਦੂਜਾ ਹੈਗਾ ਹੱਸ ਕੇ ਟਾਲ ਦਿਓ ਜੀ। ਜਿੱਦਾਂ ਇੱਕ ਪਤੀ ਆ ਪਤਨੀ ਆ, ਜ਼ਿਆਦਾਤਰ ਪਤੀ ਪਤਨੀ 'ਚ ਗੁੱਸਾ ਉਦੋਂ ਹੁੰਦਾ ਆ ਜਦੋਂ ਉਹ ਆਪਸ 'ਚ ਜਾਂਦਾ ਆ ਕੰਮ ਤੇ ਜੀ, ਤੇ ਉਹ ਫਿਰ ਫਟਾਫਟ ਕਹਿੰਦਾ ਵੀ ਭਗਵਾਨ ਨੇ ਆਹ ਵੀ ਬਣਾ ਕੇ ਰੱਖੀ, ਆਹ ਵੀ ਬਣਾ ਕੇ ਰੱਖੀ, ਆਹ ਵੀ ਬਣਾ ਕੇ ਰੱਖੀ ਜੀ। ਤੇ ਉਹ ਤੇ ਇੰਨਾ ਕਹਿ ਕੇ ਉਹ ਚਿੱਤਰ ਹੋ ਜਾਂਦਾ, ਉਹ ਮਗਰੋਂ ਸੋਚਦੀ ਆ ਇਹਨੂੰ ਕੀ ਪਤਾ ਮੇਰੇ ਕੋਲ ਕਦੀ ਗਰੋਸਰੀ ਨੀ ਹੁੰਦੀ, ਕਦੀ ਕੁਛ ਨੀ ਹੁੰਦਾ, ਕਦੀ ਕੁਛ ਨੀ ਹੁੰਦਾ। ਉਹ ਜਾ ਕੇ ਉੱਥੇ ਫਾਈਲਾਂ 'ਚ ਰੁੱਝ ਜਾਂਦਾ, ਉੱਥੋਂ ਕਾਲ ਕਰਦਾ ਬਈ ਕਿ ਭਗਵਾਨ ਨੇ ਕੀ ਹਾਲ ਆ, ਕੀ ਬਣਾਇਆ। ਕਹਿੰਦਾ ਜੈ, ਕਹਿੰਦੀ ਆ ਜ਼ਹਿਰ ਬਣਾਈ, ਆ ਜਾ ਖਾ ਲਾ, ਗੁੱਸੇ 'ਚ ਉਹ ਹੁੰਦੀ ਆ। ਤੇ ਉਹਨੂੰ ਫਿਰ ਹੱਥ ਕੇ ਟਾਲ ਦਿਓ, ਕਹਿੰਦਾ ਜੈ ਅੱਜ ਮੇਰੇ ਦੋਸਤ ਨੇ ਖਾਣਾ ਬਣਾਇਆ, ਉੱਥੇ ਮੈਂ ਉਹ ਖਾਊਂਗਾ, ਤੂੰ ਜਿਹੜੀ ਜ਼ਹਿਰ ਬਣਾਈ ਆ ਉਹ ਤੂੰ ਖਾ ਲਏਗਾ। ਹੱਸ ਕੇ ਟਾਲ ਦਿਓ। ਜਾਂ ਹੋਰ ਵੀ ਕਈ ਤਰੀਕੇ ਹੈਗੇ ਆ, ਜਿੱਦਾਂ ਚਲੋ ਫਿਰ ਬਹੁਤ ਲੰਬੀ ਹੋ ਜਾਣੀ ਗੱਲ, ਵੈਸੇ ਤਰੀਕੇ ਤਾਂ ਬਹੁਤ ਆ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਰਦਾਰ ਗੁਰਮੇਲ ਸਿੰਘ ਜੀ, ਧੀਰ ਸਾਹਿਬ। ਗੁੱਸਾ ਪਹਿਲੇ ਸਮਿਆਂ ਦੇ ਵਿੱਚ ਜ਼ਿਆਦਾ ਸੀ ਕਿ ਅੱਜ ਕੱਲ ਦੇ ਲੋਕਾਂ ਦੇ ਵਿੱਚ ਜ਼ਿਆਦਾ? ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਜੀ। ਤੁਸੀਂ ਕੋਕ ਦੀ ਗੱਲ ਕੀਤੀ ਸੀ, ਕੋਕਾ ਕੋਲਾ ਦੀ। ਹਾਂਜੀ, ਮੇਰੀ ਵਾਈਫ ਦੀ ਦਾਦੀ ਉਹ ਪੰਜਵੇਂ ਚੌਥੇ ਚੌਥੇ ਪੰਜਵੇਂ ਦਿਨ ਪੈ ਜਾਂਦੀ ਸੀ ਮੰਜੇ ਤੇ, ਕਹਿੰਦੀ ਸੀ ਮੈਂ ਮਰ ਚਲੀ ਦੇ, ਮੈਂ ਮਰ ਚਲੀ, ਮੈਂ ਸਾਰੇ ਆਪਣੇ ਖਾਨਦਾਨ ਨੂੰ ਇਕੱਠਾ ਕਰ ਲੈਣਾ, ਆਫਤਾਂ ਨੂੰ ਇਕੱਠੇ ਕਰ ਲੈਣਾ। ਅੱਛਾ ਜੀ। ਇੱਕ ਦਿਨ ਮੈਂ ਵੀ ਦੇਖੀ ਆ ਉਹ। ਇੱਕ ਦਿਨ ਮੇਰੇ ਸਹੁਰੇ ਨੇ ਕੀ ਕੀਤਾ, ਇੱਕ ਡਾਕਟਰ ਬੁਲਾਇਆ। ਉਹ ਕਹਿੰਦੇ ਵੀ ਡਾਕਟਰ ਸਾਹਿਬ ਇਹਨੂੰ ਚੈੱਕ ਕਰੋ, ਤਾਂ ਇਹ ਚੌਥੇ ਦਿਨ ਭਸੂੜੀ ਪਾਈ ਰੱਖਦੀ ਹੈ ਸਾਡੀ ਮਾਂ, ਇਹਨੂੰ ਦੇਖੋ। ਉਹਨੇ ਚੈੱਕ ਕੀਤਾ, ਉਹਦੇ ਢਿੱਡ ਨੂੰ ਟੋਇਆ, ਕਹਿੰਦਾ ਪੀਂਦੀ ਕੀ ਆ ਇਹ? ਡਾਕਟਰ ਕਹਿੰਦਾ, ਕਹਿੰਦੇ ਜੀ ਕੋਕਾ ਕੋਲਾ ਪੀਂਦੀ ਆ। ਕਹਿੰਦਾ ਬੰਦ ਕਰ ਦੋ। ਕਹਿੰਦਾ ਕੁਛ ਨੀ ਹੋਇਆ ਹੋਇਆ, ਇਹਨੂੰ ਕੁਛ ਨੀ ਹੋਇਆ, ਅੰਦਰ ਗੈਸ ਬਣਦੀ ਆ, ਹੋਰ ਕੁਛ ਨੀ ਹੈਗਾ। ਹਾਂਜੀ, ਸੋ ਏਦਾਂ ਦੀਆਂ ਗੱਲਾਂ, ਤਾਂ ਹੀ ਤਾਂ ਇਹ ਪਲੇਅਰ ਪਸੰਦ ਨੀ ਕਰਦੇ। ਮੈਂ ਨੀ ਕੋਕ ਪੀਂਦਾ, ਮੈਨੂੰ 25-30 ਸਾਲ ਹੋ ਗਏ ਪੀਤਿਆ। ਪਰ ਨਿਆਣੇ ਅੱਜ ਕੱਲ ਦੇ ਬਹੁਤ ਪੀਂਦੇ, ਨਿਆਣੇ ਤੇ ਠੀਕ ਨੀ ਗਾ, ਕਿਉਂਕਿ ਬਚਪਨ ਆ ਉਹ ਤਾਂ ਹੀ ਪੀ ਜਾਂਦੇ ਨੇ, ਪਰ ਲੌਂਗ ਰਨ ਦੇ ਵਿੱਚ ਇਹ ਠੀਕ ਨੀ, ਇਹਦੇ ਨਾਲ ਗੈਸ ਬਣਦੀ ਆ ਪੇਟ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਚਲੋ ਆਪਾਂ ਅੱਗੇ ਗੱਲ ਕਰੀਏ। ਗੁੱਸਾ? ਹਾਂਜੀ ਹਾਂਜੀ। ਗੁੱਸਾ ਗੁੱਸਾ ਤਾਂ ਜੀ ਦੇਖੋ ਚੰਡਾਲ ਹੁੰਦਾ, ਗੁੱਸਾ ਹਰ ਉਮਰ ਦੇ ਵਿੱਚ ਆਉਂਦਾ। ਅਸੀਂ ਛੋਟੇ ਹੁੰਦੇ ਜਦੋਂ ਖੇਡਦੇ ਹੁੰਦੇ ਸੀ ਉਦੋਂ ਵੀ ਗੁੱਲੀ ਡੰਡੇ ਪਿੱਛੇ ਗੁੱਸਾ ਕਰ ਲੈਣਾ, ਜਾਂ ਸਕੂਲ ਦੇ ਵਿੱਚ ਪੜ੍ਹਦੇ ਹੋਣਾ ਉੱਥੇ ਲੜ ਪੈਣਾ ਮੁੰਡਿਆਂ ਨੇ, ਫਿਰ ਅੱਗੇ ਇੱਥੇ ਕੰਮਾਂ ਤੇ ਵੀ, ਕੰਮਾਂ ਤੇ ਹਰ ਸਟੇਜ ਤੇ ਵੱਖਰਾ ਵੱਖਰਾ ਗੁੱਸਾ ਕੰਮਾਂ ਤੇ ਇਸ ਕਰਕੇ ਆਉਂਦਾ ਸੀ ਜਦੋਂ ਕੋਈ ਤੁਹਾਨੂੰ ਨਾਲ ਦਾ ਬੰਦਾ ਐਨੀ ਨਜਾਇਜ਼ ਤੰਗ ਕਰੀ ਜਾਂਦਾ ਸੀ ਜੀ, ਤੇ ਉਹ ਉਦੋਂ ਵੀ ਗੁੱਸਾ ਆਉਣਾ, ਤੇ ਕਦੇ ਸੁਪਰਵਾਈਜ਼ਰ ਨੂੰ ਕੰਪਲੇਂਟ ਲਾਉਣੀ, ਤੇ ਜਾਂ ਮਤਲਬ ਉਹਨਾਂ ਨੇ ਕਦੇ ਸੁਣਨਾ ਕਦੇ ਨਾ ਸੁਣਨਾ, ਤੇ ਲੜਾਈ ਝਗੜੇ ਵੀ ਹੋ ਜਾਂਦੇ ਸੀ ਕੰਮ ਕਰਦਿਆਂ।
ਪਰ ਇਹ ਤੇ ਕੰਟਰੋਲ ਕਰਨਾ ਚਾਹੀਦਾ। ਬਜ਼ੁਰਗਾਂ ਨੂੰ ਵੀ ਗੁੱਸਾ ਹੁੰਦਾ ਸੀ ਸਾਡੇ ਮਾਂ ਬਾਪ ਨੂੰ ਜਦੋਂ ਅਸੀਂ ਜ਼ਿਆਦਾ ਤੰਗ ਕਰੀ ਜਾਣਾ ਜਾਂ ਪਿੰਡ ਦੇ ਵਿੱਚ ਕੋਈ ਝਗੜਾ ਹੋ ਜਾਣਾ ਉੱਥੇ ਵੀ ਗੁੱਸਾ ਹੁੰਦਾ ਸੀ। ਪਰ ਮੈਨੂੰ ਤਾਂ ਜੇ ਘਰ ਦੇ ਵਿੱਚ ਗੁੱਸਾ ਆਵੇ ਮੈਂ ਕੀ ਕਰਦਾ, ਮੈਂ ਬਾਹਰ ਨਿਕਲ ਜਾਂਦਾ। ਉਹਦੇ ਨਾਲ ਬਾਹਰ ਦੇ ਵਾਤਾਵਰਨ ਦੇ ਵਿੱਚ ਤੁਹਾਡਾ ਜਿਹੜਾ ਕਿਸੇ ਨਾਲ ਬਾਹਰ ਜਾ ਕੇ ਗੱਲਾਂ ਕਰਦੇ ਹੋ, ਤੁਸੀਂ ਸੜਕ ਤੇ ਜਾਂਦੇ ਹੋ ਗੱਲਾਂ ਕਰਦੇ ਹੋ, ਤੁਹਾਡਾ ਮਾਹੌਲ ਬਦਲ ਜਾਂਦਾ। ਸਰਦੀਆਂ ਦੇ ਦਿਨ ਦੇ ਵਿੱਚ ਮੈਂ ਕੱਲਾ ਕਮਰੇ ਦੇ ਵਿੱਚ ਚੁੱਪ ਕਰਕੇ ਜਾ ਕੇ ਬੈਠ ਜਾਣਾ, ਆਪਣਾ ਮਿਊਜ਼ਿਕ ਲਾ ਲੈਣਾ। ਮਾੜਾ ਹੋਲਡ ਰੱਖੋ, ਮਾੜਾ ਹੋਲਡ ਰੱਖੋ ਜੀ, ਮੈਂ ਕਾਲ ਇੱਕ ਹੋਲਡ ਕਰ ਲਾਂ। ਹਾਂਜੀ, ਉਹ ਵੀ ਕਹਿੰਦੇ ਸੀ ਨਾ ਜੀ, ਜਿਵੇਂ ਵੀ ਗੁੱਸਾ, ਕਹਿੰਦੇ ਵੀ ਘਰ ਵਾਲੀ ਜੇ ਲੜੇ ਤੇ ਬੰਦੇ ਨੂੰ ਬਹੁਤ ਗੁੱਸਾ ਆਵੇ ਤੇ ਚੁੱਪ ਕਰਕੇ ਜੁੱਤੀ ਲਾ ਲਓ ਤੇ ਬਾਹਰ ਨਿਕਲ ਜਾਓ ਦੱਬੇ ਪੈਰੀ। ਤੇ ਮੈਂ ਜਾਂ ਫਿਰ ਸਰਦੀਆਂ ਦੇ ਵਿੱਚ ਠੰਡ ਦੇ ਵਿੱਚ ਨਹੀਂ ਬਾਹਰ ਜਾ ਹੁੰਦਾ, ਬਾਹਰ ਸਨੋ ਪਈ ਹੁੰਦੀ ਹੈ, ਤੇ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਨਾਲ ਮਿਊਜ਼ਿਕ ਲਾ ਲੈਂਦਾ ਕੋਈ ਮਿੱਠਾ ਮਿੱਠਾ, ਤੇ ਉਹ ਫਿਰ ਜਾਂ ਰੇਡੀਓ ਸੁਣ ਲੈ ਜਾਂਦਾ, ਉਹਦੇ ਨਾਲ ਫਿਰ ਗੁੱਸਾ ਠੰਡਾ ਹੋ ਜਾਂਦਾ। ਪਰ ਇਹ ਹੈ ਤਾਂ ਬੜਾ ਖਤਰਨਾਕ, ਇਹਦੇ ਨਾਲ ਕਈ ਵਾਰੀ ਘਰਾਂ ਦੇ ਵਿੱਚ ਲੜਾਈਆਂ ਝਗੜੇ ਬਹੁਤ ਅੱਗੇ ਤੱਕ ਵੱਧ ਜਾਂਦੀਆਂ, ਬਹੁਤ ਅੱਗੇ ਤੱਕ ਵੱਧ ਜਾਂਦੀਆਂ, ਬਹੁਤ ਅੱਗੇ ਤੱਕ ਕਤਲਾਂ ਤੱਕ ਨਾ ਪਹੁੰਚੇ। ਹਾਂਜੀ, ਮਾਰ ਕੁਟਾਈ ਤੱਕ ਆ ਜਾਵੇ, ਇਹ ਗੱਲ ਮਾੜੀ ਆ ਕਿ ਡਿਵੋਰਸ ਹੋ ਜਾਵੇ, ਇੱਥੋਂ ਤੱਕ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਗੁੱਸਾ ਕੰਟਰੋਲ ਨਹੀਂ ਕਰ ਸਕਦੇ ਬਾਹਰ ਚਲੇ ਜਾਓ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ, ਡਾਕਟਰ ਬਾਜਵਾ ਜੀ, ਡਾਕਟਰ ਇਸ਼ਪਾਲ ਬਾਜਵਾ ਜੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ, ਜਗਤਾਰ ਜੀ, ਸਵਾਗਤ ਹੈ ਜੀ, ਧੰਨ ਭਾਗ। ਹਾਂਜੀ, ਚਲ ਗਿਆ ਵਾਪਸ, ਸੁਣਦਾ ਸੀ ਅੱਜ। ਹਾਂਜੀ, ਅੱਛਾ ਜੀ, ਮੈਂ ਸੁਣਦਾ ਸੀ ਗੁੱਸੇ ਵਾਲਾ ਜੀ, ਇਹ ਤੁਸੀਂ ਬਹੁਤ ਚੰਗਾ ਟਾਪਿਕ ਚੁਣਿਆ ਜੀ, ਔਰ ਇਹਦੀ ਬੜੀ ਲੋੜ ਹੈ। ਤੁਹਾਨੂੰ ਮੈਂ ਥੋੜਾ ਜਿਹਾ ਦੱਸਦਾ ਵੀ ਇੱਥੇ ਤੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਇਹ ਆਏ ਸਾਲ ਇਹਨਾਂ ਬੱਚਿਆਂ ਨੂੰ ਇਹ ਬਕਾਇਦਾ ਦੱਸਿਆ ਜਾਂਦਾ ਜੀ। ਅੱਛਾ ਜੀ, ਬਈ ਜੇ ਤੁਹਾਨੂੰ ਗੁੱਸਾ ਆਵੇ ਤੇ ਤੁਸੀਂ ਐਂ ਕਰੋ ਬਈ 10 ਤੱਕ ਗਿਣ ਲਓ, 1, 2, 3, ਬਈ ਫਿਰ ਕੋਈ ਐਕਸ਼ਨ ਲੈਣਾ। ਵਾਹ ਜੀ ਵਾਹ। ਹਾਂ, ਬਾਕੀ ਇਹ ਚੀਜ਼ ਹੈ ਕਿ ਜੇ ਆਪਾਂ ਵੱਡਿਆਂ 'ਚ ਲੈ ਜਾਈਏ ਜੀ, ਤੇ ਕਈਆਂ ਨੂੰ ਇਹ ਅੱਜ ਕੱਲ੍ਹ ਸਾਈਕੈਟਰੀ ਨੇ ਇਹਨੂੰ ਇੱਕ ਕਿਸਮ ਦੀ ਇਹ ਡਿਜ਼ੀਜ਼ ਕਾਇੰਡ ਆਫ ਚੀਜ਼ ਵੀ ਦੇਣੀ ਹੈ। ਕਈਆਂ ਨੂੰ ਗੁੱਸਾ ਬਹੁਤ ਆਉਂਦਾ, ਉਦੋਂ ਵਧੀ ਬੰਦੇ ਦੂਜੇ ਦੇ ਗਲ 'ਚ ਪੈ ਜਾਂਦੇ। ਸੋ ਉਹਨਾਂ ਨੂੰ ਫਿਰ ਇੱਥੇ ਸਕੂਲਾਂ 'ਚੋਂ ਜੇ ਕੋਈ ਬੱਚੇ ਇਵੇਂ ਕਰਦੇ ਆ, ਉਹ ਉਹਨਾਂ ਨੂੰ ਫਿਰ ਸਾਈਕੈਟ੍ਰਿਸਟ ਕੋਲ ਭੇਜਦੇ ਆ ਵੀ ਤੂੰ ਆਪਣੀ ਥੋੜੀ ਕਾਉਂਸਲਿੰਗ ਕਰਾ। ਵਾਹ ਜੀ ਵਾਹ। ਸੋ ਕਿਉਂਕਿ ਕਿਉਂ ਗੁੱਸੇ ਦਾ ਨੁਕਸਾਨ ਹੀ ਨੁਕਸਾਨ ਹੈ, ਫਾਇਦਾ ਇਹਦਾ ਕੋਈ ਹੈ ਨਹੀਂ। ਬਿਲਕੁਲ ਜੀ ਬਿਲਕੁਲ। ਜੇ ਬੰਦਾ ਇੱਕ ਕੁਛ ਸੈਕਿੰਡ ਵਾਸਤੇ ਦੜ ਵੱਟ ਜੇ, ਰੁਕ ਜੇ, ਤੇ ਫਿਰ ਇਹ ਲੈ ਵੀ ਉਵੇਂ ਜਾਂਦਾ। ਵਾਹ ਜੀ ਵਾਹ, ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੁਹਾਡੀ। ਹਾਂਜੀ, ਥੈਂਕ ਯੂ, ਬਹੁਤ ਮਿਹਰਬਾਨੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਤਿ ਸੁੰਦਰ ਸਿੰਘ ਜੀ। ਹਾਂਜੀ, ਸੁਣਦਾ ਜਗਤਾਰ ਸਿੰਘ ਜੱਗੀ, ਕੀ ਹਾਲ ਚਾਲ ਜੀ? ਕਿਰਪਾ ਜੀ ਕਿਰਪਾ। ਹਾਂਜੀ, ਕੀ ਕਹਿਣਾ ਸੋਹਣੇ, ਆਪਣੇ ਕੋਲ ਸਮਾਂ ਥੋੜ੍ਹਾ ਹੀ ਆ ਹਜੇ ਬ੍ਰੇਕ। ਹਾਂਜੀ, ਪਹਿਲਾਂ ਤਾਂ ਇਹਦਾ ਤਾਂ ਬਹੁਤ ਵੱਡਾ ਇਲਾਜ ਲੈਣਾ, ਬਾਪੂ ਕੋ ਹੈਗਾ ਬਾਦਲ ਕੋ। ਅੱਛਾ ਜੀ, ਕੀ ਹੈ? ਹਾਂਜੀ, ਉਹ ਨਹੀਂ ਗੁੱਸਾ ਕਰਦਾ ਨਾ ਕਰਨ ਦਿੰਦਾ ਕਿਸੇ ਨੂੰ, ਅੰਦਰੋਂ ਮੰਮਾ ਬੜ ਛੜੇ ਬਾਹਰੋਂ ਨਹੀਂ ਗੁੱਸਾ ਕਰਨ ਦਿੰਦਾ। ਹਾਂ, ਉਹ ਗੁੱਸਾ ਬਾਹਰਲੇ ਗੁੱਸੇ ਨਾਲੋਂ ਜ਼ਿਆਦਾ, ਉਹ ਗੁੱਸਾ ਜ਼ਿਆਦਾ ਖਤਰਨਾਕ ਹੈ, ਜ਼ਿਆਦਾ ਖਤਰਨਾਕ। ਹਾਂਜੀ, ਬਾਕੀ ਦੂਏ ਨੂੰ ਜੱਗੀ ਕਹਿ ਹੋ ਜਾਂਦਾ, ਆਪਣਾ ਸਿਰ ਆਪ ਨਹੀਂ ਮੁੰਨ ਹੁੰਦਾ। ਜਦੋਂ ਕੋਈ ਵੀ ਇਹ ਵਿਸ਼ੇ ਚੜ੍ਹਦੇ ਆ ਨਾ, ਉਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਆ। ਬਿਲਕੁਲ ਬਿਲਕੁਲ, ਉਦੋਂ ਬੰਦਾ ਹੋ ਜਾਂਦਾ। ਦੇਖੋ ਤੁਸੀਂ ਇਹਦਾ ਕੀਤਾ ਵੀ ਗੁੱਸਾ, ਸਿਆਣਾ ਬੜਾ ਗੁੱਸਾ, ਕਾਮ ਵੀ ਸਿਆਣਾ ਆ, ਕਦੇ ਕਦੇ ਕਿਸੇ ਤਗੜੇ ਦੀ ਧੀ ਨਾਲ ਬਲਾਤ ਕਰਨ ਦਾ ਦੇਖ ਮਾੜਿਆਂ ਦੀ ਨਹੀਂ ਹੁੰਦਾ ਹੈ ਨਾ। ਜਿਹੜਾ ਹੰਕਾਰ ਆ ਉਹ ਵੀ ਮਾੜੇ ਤੇ ਬੰਦਾ ਕਰਦਾ, ਤਗੜੇ ਤੇ ਨਹੀਂ ਕਰਦਾ, ਅਗਲਾ ਮੂਹਰੇ ਮੂੰਹ ਪਾ ਦਿੰਦਾ ਹੈ ਨਾ ਜੀ। ਉਹ ਸਿਆਣੇ ਇਸ ਕਰਕੇ ਸਾਰੇ ਇਸ ਗੱਲੋਂ ਸਿਆਣੇ ਹੀ ਆ ਵੀ ਮੂਹਰਿਓ ਬਚ ਕੇ ਰਹੋ, ਜਦੋਂ ਮੂਹਰੇ ਮੁੱਕਾ ਪਹਿਲੇ ਠੰਡਾ ਹੋ ਜਾਂਦਾ ਸਭ ਕੁਝ ਜੀ। ਤੇ ਗੁੱਸੇ ਗੱਸੇ ਦਾ ਭਰਾ ਜਦੋਂ ਆਉਂਦੇ ਆ, ਬਸ ਰੱਬੇ ਬਚਾਵੇ ਬਚਾਵੇ ਇਹਨਾਂ ਤੋਂ। ਬਿਲਕੁਲ ਜੀ ਬਿਲਕੁਲ ਬਿਲਕੁਲ, ਚਲੋ। ਜਦ ਕਦੇ ਉਮਰਾਂ ਵੀ ਹੁੰਦੀਆਂ ਥੋੜ੍ਹੀਆਂ, ਜਦੋਂ ਉਮਰ ਹੁੰਦੀ ਬੰਦੇ ਦੀ 16, 17, 18, 20 ਸਾਲ ਦੀ, ਉਸ ਵੇਲੇ ਜ਼ਿਆਦਾ ਥੋੜ੍ਹਾ ਜਿਹਾ ਬੰਦਾ ਆਪਣੇ ਆਪ 'ਚ ਵਹਿੰਦਾ। ਚਲੋ, ਬੇਅਦਬੀਆਂ ਦੀ ਗੱਲ ਕਰਦੇ ਹਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਹੈ। ਬੜੇ ਲੋਕ ਉਹਦੇ ਹੱਕ ਦੇ ਵਿੱਚ ਕਹਿ ਰਹੇ ਨੇ ਗੱਲ ਕਿ ਇਨਸਾਫ ਮਿਲਣਾ ਚਾਹੀਦਾ, ਪਰ ਇਨਸਾਫ ਨਹੀਂ ਮਿਲ ਰਿਹਾ। ਇਸੇ ਸੰਬੰਧ ਦੇ ਵਿੱਚ ਇੱਕ ਪੰਥਕ ਇਕੱਤਰਤਾ ਹੋ ਰਹੀ ਹੈ ਜੀ, 20 ਜੂਨ ਐਤਵਾਰ ਨੂੰ ਦੁਪਹਿਰੇ 2 ਵਜੇ ਗੁਰਦੁਆਰਾ ਸਾਹਿਬ ਜਿਹੜਾ ਰਿਵਰ ਸਾਈਡ ਹੈਗਾ ਮਿਸ਼ਨ ਬੁਲੇਵਾਰਡ 'ਤੇ, ਉੱਥੇ ਇੱਕ ਪੰਥਕ ਇਕੱਤਰਤਾ ਹੋ ਰਹੀ ਹੈ।
ਸੋ ਉੱਥੇ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਜੀ ਐਤਵਾਰ 20 ਜੂਨ ਨੂੰ 2 ਵਜੇ ਦੁਪਹਿਰੇ ਜਿਹੜਾ ਗੁਰੂ ਘਰ ਪਹੁੰਚ ਕੇ ਅਤੇ ਇਹਦੇ ਵਿੱਚ ਹਿੱਸਾ ਲਓ ਕਿਉਂਕਿ ਇਹ ਜਿਹੜਾ ਬੇਅਦਮੀਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਬੇਅਦਮੀਆਂ ਜਿਹੜੀਆਂ ਹੋਈਆਂ ਉਹ ਕਿਵੇਂ ਉਹਦਾ ਹੱਲ ਕੱਢਿਆ ਜਾ ਸਕਦਾ ਸੋ 20 ਜੂਨ ਐਤਵਾਰ ਦੁਪਹਿਰੇ 2 ਵਜੇ ਗੁਰਦੁਆਰਾ ਸਾਹਿਬ ਮਿਸ਼ਨ ਬੁਲਵਾਰਡ 'ਤੇ ਰਿਵਰ ਸਾਈਡ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰੋ ਅਤੇ ਨਾਲ ਦੀ ਨਾਲ ਅਸੀਂ ਗੱਲ ਕਰੀਏ ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵੀ ਬਹੁਤ ਪ੍ਰੋਗਰਾਮ ਚੱਲ ਰਹੇ ਨੇ ਸਮਾਗਮ ਚੱਲ ਰਹੇ ਨੇ ਅਤੇ 20 ਜੂਨ ਨੂੰ ਹੀ ਪਰਸੋਂ ਉਹ ਦਿਨ 20 ਜੂਨ ਨੂੰ ਐਤਵਾਰ ਨੂੰ ਮੋਡੈਸਟੋ ਸੀਰੀਜ਼ ਗੁਰੂ ਘਰ ਜਿਹੜਾ ਹੈਗਾ ਸਿੱਖ ਟੈਂਪਲ ਮੋਡੈਸਟੋ ਸੀਰੀਜ਼ ਇੱਥੇ ਉੱਥੇ ਵੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅਤੇ ਤਲਣ ਦੇ ਗੁਰੂ ਘਰ ਤਲਣ ਜਿਹੜਾ ਹੈਗਾ ਉੱਥੇ ਤਲਣ ਦੀ ਸੰਗਤ ਵੱਲੋਂ ਸਾਰਾ ਉਹ ਸਮਾਗਮ ਹੁੰਦਾ ਅਤੇ ਨਾਲ ਨਾਲ ਤਲਣ ਦੇ ਸ਼ਹੀਦ ਬਾਬਾ ਹਰਨਾਮ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਅਖੰਡ ਪਾਠ ਸਾਹਿਬ ਹੈਗੇ ਨੇ ਉਹ ਕੱਲ੍ਹ ਰੱਖੇ ਜਾਣੇ ਨੇ ਅਤੇ ਐਤਵਾਰ ਭੋਗ ਪੈਣੇ ਨੇ ਐਤਵਾਰ ਉੱਥੇ ਤਕਰੀਬਨ ਪਹਿਲਾਂ ਤਾਂ ਬਹੁਤ ਵੱਡਾ ਮੇਲਾ ਲੱਗਦਾ ਸੀ ਇਸ ਵਾਰ ਵੀ ਸੰਭਾਵਨਾ ਕਾਫੀ ਹੈ ਕਿ ਸੰਗਤ ਕਾਫੀ ਹੋਏਗੀ ਸੋ ਮੋਡੈਸਟੋ ਸ੍ਰੀ ਗੁਰਦੁਆਰ ਵੀ ਗੁਰੂ ਘਰ ਦੇ ਵਿੱਚ 20 ਜੂਨ ਨੂੰ ਜ਼ਰੂਰ ਤੁਸੀਂ ਵੀ ਆਪਣੀ ਹਾਜ਼ਰੀ ਦਵਾਓ ਹੁਣ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਠੀਕ ਲੱਗਿਆ ਹੋਏਗਾ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਜਾਂ ਜਾਣਕਾਰੀ ਦੇਣੀ ਚਾਹੁੰਦੇ ਹੋ ਤਾਂ ਈਮੇਲ ਕਰ ਸਕਦੇ ਹੋ jaggi@chasbroadcasting.com ਜਾਂ ਫਿਰ info@chasbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਹੈ ਮੇਰਾ ਸੈੱਲ ਨੰਬਰ ਤਕਰੀਬਨ ਸਭ ਕੋਲ ਹੈਗਾ ਕੋਈ ਈਵੈਂਟ ਕਰਾਉਣੀ ਚਾਹੁੰਦੇ ਹੋ ਕੋਈ ਹੁਣ ਤਕਰੀਬਨ ਸਾਰਾ ਕੈਲੀਫੋਰਨੀਆ ਸਾਰਾ ਅਮਰੀਕਾ ਹੀ ਦੁਬਾਰਾ ਖੁੱਲ੍ਹ ਗਿਆ ਕੰਮਕਾਰ ਵੱਧਦੇ ਆ ਗਏ ਨੇ ਅਤੇ ਸਮਾਗਮ ਵੀ ਜਿਹੜੇ ਨੇ ਗੁਰੂ ਘਰਾਂ ਦੇ ਸਮਾਗਮ ਦੀ ਗੱਲ ਕਰ ਲਈਏ ਚਾਹੇ ਅਸੀਂ ਸੋਸ਼ਲ ਈਵੈਂਟਸ ਦੀ ਗੱਲ ਕਰ ਲਈਏ ਚਾਹੇ ਸੱਭਿਆਚਾਰਕ ਈਵੈਂਟ ਦੀ ਗੱਲ ਕਰ ਲਈਏ ਉਹ ਵੀ ਤਕਰੀਬਨ ਸ਼ੁਰੂ ਹੋ ਗਈਆਂ ਨੇ ਕਿਉਂਕਿ 5,000 ਤੱਕ ਬੰਦਾ ਇਕੱਠਾ ਹੋ ਸਕਦਾ ਕਿਸੇ ਵੀ ਈਵੈਂਟ ਦੇ ਵਿੱਚ ਇਨਡੋਰ ਅਤੇ 10,000 ਬਾਹਰ ਇਕੱਠਾ ਹੋ ਸਕਦਾ ਸੋ ਕੋਈ ਵੀ ਈਵੈਂਟ ਹੋਵੇ ਲਾਈਵ ਕਰਨੀ ਹੈ ਰਿਕਾਰਡਿੰਗ ਕਰਨੀ ਹੈ ਕੋਈ ਖਬਰ ਲਾਉਣੀ ਹੈ ਤਾਂ ਜ਼ਰੂਰ ਮੈਨੂੰ ਕਾਲ ਕਰੋ 209-450-3362 ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ